ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰੇ ਅਨੁਰਾਗ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰੇ ਅਨੁਰਾਗ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਦੇ ਭੰਡਾਰੇ ਸੱਚੇ ਪਾਤਸ਼ਾਹ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹੋਰ ਬੜੇ ਪ੍ਰੇਮ ਨਾਲ ਇਕਾਗਰਤਾ ਦੇ ਸਹਿਤ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਬੜੇ ਪਿਆਰ ਨਾਲ ਸਾਰੀ ਸੰਗਤ ਦਾਸ ਦੀ ਅਤੇ ਆਪਣੀ ਹਾਜ਼ਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਵਾਓ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਬੋ ਕੀ ਤਲਵੰਡੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਹੁੰਚੇ ਹੈ। ਡੱਲੇ ਦਾ ਮਾਣ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤੋੜਿਆ। ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰ ਹੈ। ਸਾਧ ਸੰਗਤ ਜੀ ਬੰਦੇ ਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਅਸਾਧ ਰੋਗ ਪੰਜ ਲੱਗੇ ਹੈ। ਗੁਰੂ ਸਾਹਿਬ ਮਹਾਰਾਜ ਪੂਰੇ ਵੈਦ ਨੇ ਇਹੋ ਜਿਹੇ ਅਸਾਧ ਰੋਗਾਂ ਦਾ ਮਹਾਰਾਜ ਇਲਾਜ ਕਰਦੇ ਹੈ। ਡੱਲਾ ਜਿੱਥੇ ਸ਼ਰਧਾਲੂ ਬਹੁਤ ਹੈ ਉੱਥੇ ਡੱਲਾ ਸਾਧ ਸੰਗਤ ਜੀ ਉਹਨੂੰ ਹਉਮੈ ਦਾ ਰੋਗ ਵੀ ਲੱਗਾ ਹੋਇਆ ਹੈ। ਮਹਾਰਾਜ ਨੇ ਕਿਵੇਂ ਉਹਦੀ ਹਉਮੈ ਦਾ ਰੋਗ ਨਾਸ਼ ਕੀਤਾ, ਭਾਈ ਵੀਰ ਸਿੰਘ ਅਤੇ ਭਾਈ ਧੀਰ ਸਿੰਘ ਜੀ ਕਿਵੇਂ ਮਹਾਰਾਜ ਜੀ ਦੀ ਗੋਲੀ ਵਾਸਤੇ ਹੀ ਤਿਆਰ ਨੇ ਵੀ ਸਾਨੂੰ ਮੈਨੂੰ ਗੁਰੂ ਸਾਹਿਬ ਦੇ ਹੱਥੋਂ ਗੋਲੀ ਵੱਜੇ ਅਤੇ ਮੇਰਾ ਭਲਾ ਹੋਵੇ ਜੀ। ਕਿਵੇਂ ਸਾਧ ਸੰਗਤ ਜੀ ਉਹ ਗੁਰੂ ਕੇ ਸਿੱਖ ਪਿਆਰੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦੇ ਉੱਤੇ ਇੱਕ ਬਚਨ ਉੱਤੇ ਜਾਨ ਕੁਰਬਾਨ ਕਰਨ ਲਈ ਤਿਆਰ ਸਨ, ਇਹ ਕੱਲ੍ਹ ਆਪ ਜੀ ਨੇ ਕਥਾ ਸਰਵਣ ਕੀਤੀ। ਉਹਦੇ ਤੋਂ ਬਾਅਦ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਧ ਸੰਗਤ ਅੱਗੇ ਪਹੁੰਚੇ ਅਤੇ ਜਿੱਥੇ ਅੱਜ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਹੈ ਨਾ, ਤਖ਼ਤ ਸ੍ਰੀ ਦਮਦਮਾ ਸਾਹਿਬ, ਸੱਚੇ ਪਾਤਸ਼ਾਹ ਮਹਾਰਾਜ ਉੱਥੇ ਪਹੁੰਚੇ ਜੀ। ਡੱਲੇ ਨੇ ਮਹਾਰਾਜ ਨੂੰ ਬੇਨਤੀ ਕੀਤੀ ਹੈ,
ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰੇ ਘਰ ਵਿੱਚ ਮਹਾਰਾਜ ਤੁਸੀਂ ਚਰਨ ਪਾਓ, ਅਤੇ ਘਰ ਵਿੱਚ ਚਰਨ ਪਾਓ, ਕਿਲ੍ਹੇ ਵਿੱਚ ਚਰਨ ਪਾਓ। ਮਹਾਰਾਜ ਕਹਿੰਦੇ, ਡੱਲੇ, ਅਸੀਂ ਹੁਣ ਕਿਲ੍ਹੇ ਦੇ ਵਿੱਚ ਰਿਹਾਇਸ਼ ਨਹੀਂ ਕਰਨੀ, ਕਿਉਂਕਿ ਹੁਣ ਅਸੀਂ ਜੰਗ ਯੁੱਧ ਨਹੀਂ ਕੋਈ ਕਰਨਾ। ਮਹਾਰਾਜ ਕਹਿੰਦੇ, ਔਰੰਗਜ਼ੇਬ ਨੂੰ ਲਿਖ ਕੇ ਮਾਰਨਾ, ਉਹ ਅਸੀਂ ਭੇਜ ਦਿੱਤਾ। ਮਹਾਰਾਜ ਕਹਿੰਦੇ, ਲਿਖਤੀ ਰੂਪ ਵਿੱਚ ਹੁਣ ਅਸੀਂ ਕਿਲ੍ਹੇ ਦੇ ਵਿੱਚ ਨਹੀਂ ਪ੍ਰਵੇਸ਼ ਕਰਾਂਗੇ, ਅਸੀਂ ਬਾਹਰ ਬੈਠਾਂਗੇ। ਸਤ ਸੰਗਤ ਜੀ, ਬਾਹਰ ਤੰਬੂ ਕਨਾਤਾਂ ਲੱਗ ਗਈਆਂ, ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਬੈਠੇ, ਅਤੇ ਲੰਗਰ ਜਿਹੜਾ ਉਹ ਡੱਲੇ ਦੇ ਘਰੋਂ ਤਿਆਰ ਹੋ ਕੇ ਆਉਂਦਾ ਸੱਚੇ ਪਾਤਸ਼ਾਹ ਜੀ ਦੇ ਵਾਸਤੇ। ਅਤੇ ਫਿਰ ਅੱਗੋਂ ਤੁਸੀਂ ਸੁਣਿਆ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਮਾਤਾ ਜੀ ਆਏ ਹੈ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾ ਕੌਰ ਜੀ। ਗੱਜ ਕੇ ਆਖੋ, ਉਹਨਾਂ ਨੂੰ ਪਤਾ ਲੱਗਾ ਵੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਰੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚੇ ਹੈ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚੇ, ਪਰ ਜਦੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚੇ ਹੈ, ਅੱਗੋਂ ਸਾਹਿਬਜ਼ਾਦਿਆਂ ਦੇ ਦਰਸ਼ਨ ਨਹੀਂ ਹੋਏ। ਸੰਗਤ ਜੀ, ਬੜਾ ਵੈਰਾਗ ਕੀਤਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਸਮਤ ਦਿੱਤੀ, ਸਮਝਾਇਆ। ਮਹਾਰਾਜ ਕਹਿੰਦੇ, ਤੁਹਾਡੇ ਪੁੱਤਰ ਜਿਹੜੇ ਹੈ ਉਹ ਨਿੱਜ ਘਰ ਵਿੱਚ ਪਹੁੰਚ ਚੁੱਕੇ ਹੈ। ਤੁਹਾਡੇ ਪੁੱਤਰ ਕੋਈ ਆਮ ਪੁੱਤਰ ਨਹੀਂ, ਉਹ ਬਹਾਦਰ ਨੇ, ਸੂਰਮੇ ਨੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਸੁੰਦਰੀ ਜੀ, ਰਹਿੰਦੇ ਜਗਤ ਵਿੱਚ ਜਿੰਨਾ ਚਿਰ ਤੱਕ ਇਹ ਜਗਤ ਰਹੇਗਾ, ਜਿੰਨਾ ਚਿਰ ਤੱਕ ਇਹ ਦੁਨੀਆ ਰਹੇਗੀ, ਉਨਾ ਚਿਰ ਤੱਕ ਤੁਹਾਡੇ ਪੁੱਤਰਾਂ ਦਾ ਜਸ ਹੁੰਦਾ ਰਹੇਗਾ। ਔਰ ਜੋ ਇਤਿਹਾਸਕਾਰ ਆਮ ਬਚਨ ਦੱਸਦੇ ਹੈ, ਚਾਰ ਮੂਏ ਧੋਕਿਆ ਭਇਆ ਜੀਵਤ ਕਈ ਹਜ਼ਾਰ। ਮਹਾਰਾਜ ਨੇ ਸਿੰਘਾਂ ਦੇ ਵੱਲ ਹੱਥ ਕਰਕੇ ਆਖਿਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ। ਚਾਰ ਮੂਏ ਧੋਕਿਆ ਭਇਆ ਜੀਵਤ ਕਈ ਹਜ਼ਾਰ। ਸਾਧ ਸੰਗਤ ਜੀ, ਸਿੰਘਾਂ ਵੱਲ ਦਾਸ ਇਹ ਵੀ ਬੇਨਤੀ ਕਰੇ ਕਿ ਉਸ ਸਮੇਂ ਜਿਹੜੇ ਮਹਾਰਾਜ ਜੀ ਦੀ ਹਜ਼ੂਰੀ 'ਚ ਸਿੰਘ ਬੈਠੇ ਆ, ਅਸੀਂ ਉਹਨਾਂ ਦੀ ਬਰਾਬਰ ਤਾਂ ਨਹੀਂ ਕਰ ਸਕਦੇ ਵੀ ਅਸੀਂ ਉਹਨਾਂ ਦੇ ਬਰਾਬਰ ਹੋਈਏ, ਪਰ ਫਿਰ ਵੀ ਮਹਾਰਾਜ ਨੇ ਸਾਰੇ ਖਾਲਸੇ ਸਾਰੇ ਸਿੰਘਾਂ ਵਾਸਤੇ ਸਿੱਖਾਂ ਵਾਸਤੇ ਬਚਨ ਕੀਤਾ ਸੀ ਵੀ ਮੈਂ ਆਪਣੇ ਇਹਨਾਂ ਪੁੱਤਰਾਂ ਦੇ ਕਰਕੇ ਚਾਰ ਪੁੱਤਰ ਵਾਰੇ ਹੈ। ਅਤੇ ਸੱਚ ਇਹ ਹੈ, ਸਤਿ ਸੰਗਤ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਤਰਸ ਕਰ ਦੇਣ ਗੱਲ ਵੱਖਰੀ ਹੈ, ਉਵੇਂ ਮੈਂ ਆਪਣੀ ਗੱਲ ਕਰਾਂ, ਕਈ ਹਜ਼ਾਰ ਜਨਮ ਵੀ ਧਾਰਨ ਕਰ ਲਈਏ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪੁੱਤਰਾਂ ਵਰਗੇ ਕਦੀ ਵੀ ਨਹੀਂ ਬਣ ਸਕਦੇ ਸਾਧ ਸੰਗਤ ਜੀ। ਕਿਉਂ? ਇਹ ਮਹਾਰਾਜ ਨੇ ਸਾਨੂੰ ਵਡਿਆਈ ਦਿੱਤੀ ਹੈ ਕਿ ਮੈਂ ਆਪਣੇ ਇਹਨਾਂ ਪੁੱਤਰਾਂ ਤੋਂ ਸਾਰੇ ਪੁੱਤਰ ਸ਼ਹੀਦ ਕਰਾ ਦਿੱਤੇ ਹੈ। ਪਰ ਸਾਧ ਸੰਗਤ, ਆਪਾਂ ਵਿਚਾਰ ਕਰਕੇ ਵੇਖੀਏ, ਦਾਸ ਜੀ ਆਪਣੇ ਜੀਵਨ ਵੱਲ ਵੇਖੇ, ਅਤੇ ਸਾਧ ਸੰਗਤ ਜੀ, ਮਹਾਰਾਜ ਜੀ ਦੇ ਪੁੱਤਰ ਬਣਨਾ, ਦਸਵੇਂ ਪਾਤਸ਼ਾਹ ਨੂੰ ਆਪਣਾ ਬਾਪੂ ਬਣਾਉਣਾ, ਪਿਤਾ ਬਣਾਉਣਾ, ਸਤਿਗੁਰੂ ਜੀ ਦੇ ਪੁੱਤਰ ਬਣਨਾ ਸੌਖਾ ਕਾਰਜ ਨਹੀਂ ਹੈ, ਬੜਾ ਮਹਾਨ ਕਾਰਜ ਹੈ ਅਤੇ ਬੜੀ ਗਾਖੜੀ ਕਾਰ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਮਹਾਰਾਜ ਕਹਿੰਦੇ, ਸੁੰਦਰੀ ਜੀ, ਅੱਜ ਤੋਂ ਅਜੀਤ ਸਿੰਘ ਜੀ ਦੇ ਜਿਹੜੇ ਦਰਸ਼ਨ ਨੇ ਉਹ ਇਹਨਾਂ ਸਿੰਘਾਂ ਦੇ ਵਿੱਚੋਂ ਕਰਨੇ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ, ਕਹਿੰਦੇ ਆ, ਪਹਿਲਾਂ ਬੱਚਾ ਹੁੰਦਾ ਹੈ, ਫਿਰ ਜਵਾਨੀ ਦੀ ਅਵਸਥਾ ਆ ਜਾਂਦੀ ਹੈ, ਜਵਾਨੀ ਤੋਂ ਬਾਅਦ ਬੁਢੇਪਾ ਆਉਂਦਾ ਹੈ, ਅਤੇ ਬੁਢੇਪੇ ਤੋਂ ਬਾਅਦ ਸਾਧ ਸੰਗਤ ਜੀ ਫਿਰ ਮੌਤ ਹੁੰਦੀ ਹੈ। ਪਰ ਜ਼ਰੂਰੀ ਨਹੀਂ ਹੈ ਇੰਨੇ ਕੰਮ ਵਿੱਚ, ਇੰਨੇ ਸਮੇਂ ਵਿੱਚ ਬੰਦੇ ਦੀ ਜ਼ਿੰਦਗੀ ਸਫਲੀ ਹੋਵੇ। ਸੁੰਦਰੀ ਜੀ, ਤੁਹਾਡੇ ਪੁੱਤਰ ਤਾਂ ਛੋਟੀਆਂ ਛੋਟੀਆਂ ਉਮਰਾਂ ਨੇ ਸਰੀਰ ਦੀਆਂ, ਅਤੇ ਆਪਣੇ ਜੀਵਨ ਨੂੰ ਸਫਲਾ ਕਰਕੇ ਗਏ ਹੈ, ਉਹ ਜਨਮ ਨੂੰ ਸਫਲਾ ਕਰਕੇ ਗਏ ਹੈ। ਨਿਰਮਲ ਜੋਤ ਤਿੰਨ ਪ੍ਰਾਣੀਆਂ, ਉਹ ਚੱਲਹਿ ਜਨਮ ਸਵਾਰ ਜੀਓ। ਸੋ ਮਹਾਰਾਜ ਗਰੀਬ ਨਵਾਜ ਜੀ ਨੇ ਸਾਧ ਸੰਗਤ ਜੀ ਉਪਦੇਸ਼ ਦੇ ਕੇ ਉਹਨਾਂ ਦੇ ਅੰਦਰ ਜਿਹੜੀ ਵੈਰਾਗ ਵਾਲੀ ਬਿਰਤੀ ਬਣੀ ਹੈ ਉਹਨੂੰ ਥੋੜ੍ਹਾ ਜਿਹਾ ਠੱਲਿਆ,
ਇਤਿਆਦਿਕ ਕਹਿ ਰੋਦਤ ਹਟਾਈ ਤਉ ਨਾ ਪੁੱਤਰ ਪ੍ਰੀਤ ਮਨ ਜਾਈ। ਮਹਾਰਾਜ ਨੇ ਉਹ ਜਿਹੜਾ ਗਲਾ ਭਰ ਗਿਆ ਸੀ ਮਾਤਾਵਾਂ ਦਾ, ਨੇਤਰਾਂ ਵਿੱਚ ਬੈਰਾਗ ਦੇ ਹੰਝੂ ਨੇ ਮਾਤਾ ਸੁੰਦਰੀ ਜੀ ਦੇ, ਮਾਤਾ ਸਾਹਿਬ ਦੇਵਾਂ ਕੌਰ ਜੀ ਦੇ, ਮਹਾਰਾਜ ਨੇ ਬਚਨ ਕੀਤੇ ਹੈ, ਰੋਣ ਤੋਂ ਤਾਂ ਹਟ ਗਏ ਹੈ, ਬੈਰਾਗ ਤੋਂ ਹਟ ਗਏ ਹੈ, ਪਰ ਸਾਧ ਸੰਗਤ ਜੀ ਫਿਰ ਵੀ ਪੁੱਤਰਾਂ ਦਾ ਜਿਹੜਾ ਪਿਆਰ ਹੈ ਨਾ ਹਿਰਦੇ ਵਿੱਚ, ਉਹ ਨਹੀਂ ਗਿਆ ਜੀ। ਗੱਜ ਕੇ ਆਖੋ, ਮਾਂ ਨੂੰ ਸਾਧ ਸੰਗਤ ਜੀ ਆਂਦਰਾਂ ਨਾਲ ਸਾਂਝ ਹੁੰਦੀ ਹੈ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਅੱਗੋਂ ਕਿਰਪਾ ਕਰਨ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀਸ ਆਇਆ ਸੀ, ਮਾਤਾ ਨਾਨਕੀ ਜੀ ਬਹੁਤ ਬੈਰਾਗ ਕਰਦੇ ਸਨ, ਬੈਰਾਗ ਕਰਨ ਤੋਂ ਹਟਦੇ ਨਹੀਂ ਸਨ, ਕਿਉਂਕਿ ਉਹਨਾਂ ਦੇ ਪੁੱਤਰ ਸਨ ਨਾ, ਅਤੇ ਬੈਰਾਗ ਹੀ ਕਰੀ ਜਾਂਦੇ ਸਨ, ਅਤੇ ਮਾਤਾ ਗੁਜਰੀ ਜੀ ਵੀ ਬੈਰਾਗ ਕਰਦੇ ਸਨ। ਪਰ ਸਾਧ ਸੰਗਤ ਉਦੋਂ ਫਿਰ ਦਸਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਅੰਦਰ ਦਾ ਆਤਮਕ ਬਲ ਦਿੱਤਾ, ਆਤਮਕ ਬਲ ਕਰਕੇ ਫਿਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ, ਅਗਲਾ ਕਾਰਜ ਕੀਤਾ ਸੀ। ਸੋ ਫਿਰ ਮਾਤਾਵਾਂ ਨੂੰ ਆਤਮਕ ਬਲ ਦਿੱਤਾ, ਭਾਣਾ ਮੰਨਣ ਦੀ ਸਾਧ ਸੰਗਤ ਜੀ ਉਹਨਾਂ ਵਿੱਚ ਸਮਰੱਥਾ ਆਈ। ਸੋ ਹੁਣ ਅੱਗੇ ਦਾ ਜੋ ਗੁਰੂ ਘਰ ਦਾ ਇਤਿਹਾਸ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਓ ਆਪਾਂ ਸਾਰੇ ਗੱਜ ਕੇ ਆਖੀਏ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ, ਇਤਨੇ ਮਹਿ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਵਾਹਿਗੁਰੂ ਜੀ। ਇਤਨੇ ਮਹਿ ਡੱਲਾ ਚੱਲ ਆਇਓ। ਅਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾਵਾਂ ਨੂੰ ਉਪਦੇਸ਼ ਦਿੱਤਾ ਹੈ, ਇੰਨੇ ਚਿਰ ਨੂੰ ਸਾਧ ਸੰਗਤ ਜੀ ਡੱਲਾ ਚੌਧਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਆਇਆ ਜੀ। ਹਾਂਜੀ, ਹੱਥ ਜੋੜ ਕਰ ਬਾਕ ਅਲਾਇਓ। ਡੱਲੇ ਚੌਧਰੀ ਨੇ ਹੱਥ ਜੋੜ ਕੇ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਹਾਂਜੀ, ਦੇਹੋ ਆਇਸ ਅਬ ਇਨਹਿ ਗੁਸਾਈ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਾਲਕ ਸਤਿਗੁਰੂ ਜੀ, ਮਹਾਰਾਜ ਆਪ ਜੀ ਕਿਰਪਾ ਕਰੋ ਅਤੇ ਮਾਤਾਵਾਂ ਨੂੰ ਆਗਿਆ ਦਿਓ। ਮਹਾਰਾਜ ਸੱਚੇ ਪਾਤਸ਼ਾਹ ਆਗਿਆ ਦਿਓ। ਹਾਂਜੀ, ਬਸ ਹੈ ਦੁਰਗ ਕੇ ਅੰਤਰ ਜਾਈ। ਕਿਉਂ ਮਹਾਰਾਜ ਨੇ ਤੇ ਕਿਲੇ ਵਿੱਚ ਜਾਣ ਤੋਂ ਨਾ ਕਰ ਦਿੱਤੀ ਜੀ? ਤੇ ਡੱਲਾ ਚਾਹੁੰਦਾ ਸੀ ਵੀ ਜੇ ਗੁਰੂ ਸਾਹਿਬ ਨਹੀਂ ਗਏ ਤੇ ਦੋ ਮਾਤਾਵਾਂ ਹੀ ਮਹਾਰਾਜ ਜੀ ਦੀਆਂ, ਵਾਹਿਗੁਰੂ ਗੁਰੂ ਕੇ ਮਹਿਲ ਸਿੱਖਾਂ ਦੇ ਮਾਤਾ ਜੀ, ਇਹੋ ਹੀ ਕਿਲੇ ਦੇ ਵਿੱਚ ਚਲੇ ਜਾਣ, ਇਹ ਆਪਣੀ ਰਿਹਾਇਸ਼ ਕਰ ਲੈਣ। ਇਸ ਕਰਕੇ ਡੱਲਾ ਮਹਾਰਾਜ ਨੂੰ ਬੇਨਤੀ ਕਰਦਾ ਹੈ, ਮਹਾਰਾਜ ਇਹਨਾਂ ਨੂੰ ਆਗਿਆ ਦਿਓ ਇਹ ਕਿਲੇ ਵਿੱਚ ਜਾਣ ਸੱਚੇ ਪਾਤਸ਼ਾਹ, ਉੱਥੇ ਆਰਾਮ ਕਰਨ ਜਾ ਕੇ। ਹਾਂਜੀ, ਸਦਨ ਪ੍ਰਥਕ ਇਨ ਹਿਤ ਕੀ ਹੈ ਖਾਲੀ। ਸੱਚੇ ਪਾਤਸ਼ਾਹ ਘਰ ਦੇ ਵਿੱਚ ਪਹਿਲਾਂ ਹੀ ਥਾਂ ਖਾਲੀ ਕੀਤੀ ਹੋਈ ਇਹਨਾਂ ਵਾਸਤੇ, ਮਾਤਾ ਸੁੰਦਰੀ ਜੀ ਵਾਸਤੇ, ਮਾਤਾ ਸਾਹਿਬ ਦੇਵਾਂ ਜੀ ਵਾਸਤੇ ਪਹਿਲਾਂ ਹੀ ਥਾਂ ਖਾਲੀ ਕੀਤੀ ਹੋਈ ਸੀ, ਅਤੇ ਮਹਾਰਾਜ ਕਿਰਪਾ ਕਰੋ ਇਹਨਾਂ ਨੂੰ ਮਹਾਰਾਜ ਕਿਲੇ ਦੇ ਵਿੱਚ ਜਾਣ ਦੀ ਆਗਿਆ ਦਿਓ। ਹਾਂਜੀ, ਕਰ ਹੈ ਬਾਸ ਕੋ ਤਹਾਂ ਸੁਖਾਲੀ। ਮਹਾਰਾਜ ਉੱਥੇ ਸੁੱਖ ਦੇ ਨਾਲ ਇਹ ਮਾਤਾਵਾਂ ਵਾਸਾ ਕਰਨ, ਮੇਰੀ ਅੰਦਰ ਦੀ ਭਾਵਨਾ ਮੇਰੀ ਇੱਛਾ ਹੈ ਮਹਾਰਾਜ। ਹਾਂਜੀ, ਸੁਣ ਗੁਰ ਕਹਿਓ ਬੂਝ ਲਿਓ ਇਨਕੋ। ਮਹਾਰਾਜ ਸੱਚੇ ਪਾਤਸ਼ਾਹ ਭਾਈ ਡੱਲੇ ਨੂੰ ਕਹਿੰਦੇ, ਡੱਲੇ ਲੈ ਕੇ ਇਹਨਾਂ ਨੂੰ ਜਾਣਾ, ਇਹਨਾਂ ਨੂੰ ਪੁੱਛ ਲਓ। ਮਹਾਰਾਜ ਕਹਿੰਦੇ ਜੇ ਉੱਥੇ ਜਾਣਾ ਚਾਹੁਣ, ਕਿਲੇ ਦੇ ਵਿੱਚ ਜਾਣਾ ਚਾਹੁਣ, ਕਿਲੇ ਵਿੱਚ ਰਹਿਣਾ ਚਾਹੁਣ ਤੇ ਰਹਿ ਸਕਦੇ ਆ ਜਾ ਕੇ। ਹਾਂਜੀ, ਬਸ ਹੈ ਤਹਾਂ ਜਹਿ ਭਾਵਤ ਮਨ ਕੋ। ਜਿੱਥੇ ਇਹਨਾਂ ਦੇ ਮਨ ਦੀ ਇੱਛਾ ਹੈ ਇਹ ਉੱਥੇ ਹੀ ਰਹਿ ਪੈਣ, ਸਾਡੇ ਵੱਲੋਂ ਕੋਈ ਨਾ ਨਹੀਂ ਹੈਗੀ ਇਹਨਾਂ ਨੂੰ। ਹਾਂਜੀ, ਤਬ ਡੱਲਾ ਦੋਨੋਂ ਟਿੱਗ ਗਏ ਤੇ ਡੱਲਾ ਚੌਧਰੀ
ਹੁਣ ਮਾਤਾ ਸੁੰਦਰੀ ਜੀ ਦੇ ਕੋਲ, ਮਾਤਾ ਸਾਹਿਬ ਦੇਵਾਂ ਜੀ ਦੇ ਕੋਲ ਆ ਗਏ। ਹਾਂਜੀ, ਹੱਥ ਜੋੜ ਕਰ ਬੋਲਤ ਭਇਓ, ਤੇ ਹੱਥ ਜੋੜ ਕੇ ਮਾਤਾ ਜੀਆਂ ਨੂੰ ਡੱਲਾ ਚੌਧਰੀ ਬੇਨਤੀ ਕਰਦਾ ਹੈ। ਹਾਂਜੀ, ਚਲੋ ਮਾਤ ਜੀ ਦੁਰਗ ਕੇ ਅੰਤਰ, ਮਾਤਾ ਜੀ ਕਿਰਪਾ ਕਰੋ ਤੇ ਕਿਲੇ ਦੇ ਵਿੱਚ ਚੱਲੋ। ਡੱਲਾ ਚੌਧਰੀ ਸੀ, ਕਿਲਾ ਬਣਾਇਆ ਹੋਇਆ ਸੀ ਰਹਿਣ ਵਾਸਤੇ। ਹਾਂਜੀ, ਥਿਰ ਹੋ ਭਲੇ ਸੁਖ ਲਹੋ ਨਿਰੰਤਰ, ਉਸ ਕਿਲੇ ਦੇ ਵਿੱਚ ਰਹਿ ਕੇ ਹਰ ਪ੍ਰਕਾਰ ਨਾਲ ਸੁਖ ਮਾਣੋ, ਬੜਾ ਸੋਹਣਾ ਕਿਲਾ ਬਣਾਇਆ ਹੋਇਆ। ਹਾਂਜੀ, ਮੋਰ ਕੁਟੰਬ ਸਕਲ ਕਰ ਜੋ ਰਹੇ, ਮੇਰਾ ਸਾਰਾ ਹੀ ਪਰਿਵਾਰ ਹੱਥ ਜੋੜ ਕੇ ਅੱਠੇ ਪਹਿਰ ਤੁਹਾਡੀ ਸੇਵਾ ਵਿੱਚ ਰਹੇਗਾ। ਕੱਜ ਕੇ ਆਖੋ ਵਾਹਿਗੁਰੂ। ਹੁਣ ਡੱਲਾ ਗੱਲਾਂ ਤੇ ਸ਼ਰਧਾ ਵਾਲੀਆਂ ਕਰਦਾ ਹੈ। ਮਹਾਰਾਜ ਜੀ ਮਾਤਾ ਜੀ ਨੂੰ ਕਹਿੰਦਾ, ਮਾਤਾ ਜੀ ਮੇਰਾ ਸਾਰਾ ਹੀ ਪਰਿਵਾਰ ਅੱਠੇ ਪੈਰ ਹੱਥ ਜੋੜ ਕੇ ਤੁਹਾਡੀ ਸੇਵਾ ਵਿੱਚ ਰਹਿਣਗੇ। ਹਾਂਜੀ, ਸਭ ਵਿਧ ਸੇਵੈ ਹੈ ਚਰਨ ਹੋ ਰਹੇ, ਹਰ ਪ੍ਰਕਾਰ ਨਾਲ ਤੁਹਾਡੇ ਚਰਨਾਂ ਦੀ ਸੇਵਾ, ਮੇਰਾ ਆਪਣਾ ਪਰਿਵਾਰ, ਬੱਚੀਆਂ ਬੱਚੇ ਸਾਰੇ ਮਿਲ ਕੇ ਤੁਹਾਡੀ ਸੇਵਾ ਕਰਨਗੇ, ਸੇਵਾ ਵਿੱਚ ਹਾਜ਼ਰ ਰਹਿਣਗੇ। ਹਾਂਜੀ, ਜਨਮ ਸਫਲ ਹਮ ਸਭ ਕੋ ਕਰੀਏ ਹੈ, ਮਾਤਾ ਜੀ ਕਰੋ ਕਿਰਪਾ, ਕਿਲੇ ਦੇ ਵਿੱਚ ਚਰਨ ਪਾਓ, ਸਾਨੂੰ ਸੇਵਾ ਦਾ ਮੌਕਾ ਦਿਓ ਅਤੇ ਸੇਵਾ ਕਰਕੇ ਸਾਡਾ ਜਨਮ ਸਫਲਾ ਹੋਵੇ, ਮਾਤਾ ਜੀ ਕਿਰਪਾ ਕਰੋ। ਹਾਂਜੀ, ਅੰਤਰ ਉਤਰੋ ਭਲੇ ਵਿਚਰੀਏ ਹੈ, ਅੰਦਰ ਜਾ ਕੇ ਉਤਾਰਾ ਕਰੋ, ਅੰਦਰ ਖੁੱਲ੍ਹੀ ਥਾਂ 'ਤੇ ਰਵੋ। ਹਾਂਜੀ, ਦੋਨੋ ਸੁਣ ਪਾਖਿਓ ਪਿਖ ਖਲੋ, ਅਤੇ ਮਾਤਾ ਮਾਂ ਨੇ ਵੇਖਿਆ ਜੀ, ਮਾਤਾ ਸੁੰਦਰੀ ਜੀ ਨੇ ਅਤੇ ਮਾਤਾ ਸਾਹਿਬ ਦੇ ਮਾਂ ਜੀ ਨੇ ਵੇਖਿਆ ਵੀ ਡੱਲਾ ਹੱਥ ਜੋੜ ਕੇ ਬੇਨਤੀ ਕਰਦਾ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਹਰ ਨੇ ਅਤੇ ਮਹਾਰਾਜ ਕਿਲੇ ਵਿੱਚ ਆਸਣ ਨਹੀਂ ਕੀਤਾ ਜੀ। ਹੁਣ ਇੱਥੇ ਸਾਨੂੰ ਮਾਤਾਵਾਂ ਦੇ ਜੀਵਨ ਤੋਂ ਸਿੱਖਿਆ ਲੈਣੀ ਆਪਾਂ ਸਾਰਿਆਂ ਨੇ। ਗੱਜ ਕੇ ਆਖੋ ਵਾਹਿਗੁਰੂ। ਮਾਤਾਵਾਂ ਦੇ ਜੀਵਨ ਤੋਂ ਸਿੱਖਿਆ ਲੈਣੀ ਹੈ। ਮਾਤਾਵਾਂ ਨੇ ਵੇਖਿਆ ਵੀ ਡੱਲਾ ਕਹਿੰਦਾ ਕਿਲੇ ਵਿੱਚ ਚੱਲੋ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਸਣ ਬਾਹਰ ਖੁੱਲ੍ਹੇ ਥਾਂ 'ਤੇ ਲਵਾਏ ਹੈ। ਮਹਾਰਾਜ ਨੇ ਕਿਹਾ ਸੀ ਹੁਣ ਜੰਗ ਕੋਈ ਨਹੀਂ ਲੜਨੀ, ਇਸ ਕਰਕੇ ਕਿਲੇ ਦੇ ਵਿੱਚ ਨਹੀਂ ਰਹਿਣਾ ਜੀ। ਹਾਂਜੀ, ਪ੍ਰਭ ਕੇ ਪਗਨ ਬਿਖੈ ਹੀ ਭਲੋ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਾਤਾਵਾਂ ਨੇ ਕੀ ਆਖਿਆ ਡੱਲੇ ਨੂੰ, ਕਹਿੰਦੇ ਡੱਲੇ ਸਾਨੂੰ ਆਪਣੇ ਮਾਲਕ ਪ੍ਰਤੀ, ਪਰਮੇਸ਼ਰ ਸਾਡੇ ਸੱਚੇ ਪਾਤਸ਼ਾਹ, ਸਾਡੀ ਜਿੰਦ ਦੇ ਮਾਲਕ ਗੁਰੂ ਜੀ ਪ੍ਰਭੂ ਜੀ ਦੇ ਚਰਨਾਂ ਵਿੱਚ ਰਹਿਣਾ ਹੀ ਪਸੰਦ ਹੈ। ਕਹਿੰਦੇ ਅਸੀਂ ਇੱਥੇ ਹੀ ਰਵਾਂਗੇ, ਕਹਿੰਦੇ ਅਸੀਂ ਇੱਥੇ ਹੀ ਰਵਾਂਗੇ, ਇੱਥੇ ਰਹਿ ਕੇ ਹੀ ਸਾਨੂੰ ਆਨੰਦ ਹੈ, ਇੱਥੇ ਰਹਿ ਕੇ ਸਾਨੂੰ ਖੁਸ਼ੀ ਹੈ। ਹੁਣ ਸਾਧ ਸੰਗਤ ਜੀ ਇੱਕ ਬੇਨਤੀ ਕਰਕੇ ਫਿਰ ਲੜੀਵਾਰ ਕਥਾ ਤੋਰਾਂਗੇ। ਪਤਨੀ ਉਹ ਹੈ ਜਿਹੜੀ ਸਾਧ ਸੰਗਤ ਜੀ ਆਪਣੇ ਪਤੀ ਦੇ ਹੁਕਮ ਵਿੱਚ ਰਵੇ ਜੀ, ਆਪਣੇ ਪਤੀ ਦੇ ਹੁਕਮ 'ਚ ਰਵੇ। ਇਹ ਨਹੀਂ ਵੀ ਪਤੀ ਜੀ ਸਾਧ ਸੰਗਤ ਜੀ ਉੱਠ ਕੇ ਜਾਗ ਕੇ ਮਿਹਨਤ ਕਰਨ ਦੇ ਹੈ ਅਤੇ ਪਤਨੀ ਆਰਾਮ ਨਾਲ ਸੁੱਤੀ ਵੀ ਕੋਈ ਅਸਰ ਨਹੀਂ, ਜੋ ਮਰਜ਼ੀ ਕਰਦਾ ਫਿਰੇ ਜੀ। ਵੇਖ ਲਓ ਮਾਤਾਵਾਂ ਦੇ ਜੀਵਨ ਤੋਂ ਸਿੱਖਿਆ। ਜੇ ਮਹਾਰਾਜ ਸੱਚੇ ਪਾਤਸ਼ਾਹ ਕਿਲੇ ਦੇ ਵਿੱਚ ਨਹੀਂ ਨਾ ਗਏ ਅਤੇ ਮਾਤਾਵਾਂ ਹੱਥ ਜੋੜ ਕੇ ਕਹਿ ਰਹੀਆਂ ਡੱਲੇ ਤੇਰੀ ਭਾਵਨਾ ਮਨਜ਼ੂਰ ਹੈ, ਪਰ ਅਸੀਂ ਗੁਰੂ ਜੀ ਦੇ ਚਰਨਾਂ ਵਿੱਚ ਰਹਿਣਾ ਹੈ। ਅੱਛਾ ਵੇਖ ਲਓ, ਮਹਾਰਾਜ ਨੇ ਤਾਂ ਨਹੀਂ ਕਿਹਾ ਵੀ ਇਹਨਾਂ ਨੂੰ ਬਾਹਰ ਰੱਖਣਾ ਹੈ ਜਾਂ ਅੰਦਰ ਲੈ ਕੇ ਜਾਣਾ ਹੈ, ਨਹੀਂ। ਮਹਾਰਾਜ ਨੇ ਕਿਹਾ ਜਿੱਥੇ ਇਹਨਾਂ ਦੀ ਇੱਛਾ ਉੱਥੇ ਇਹਨਾਂ ਦੇ ਆਸਣ ਲਵਾਓ, ਅਤੇ ਮਾਤਾਵਾਂ ਹੱਥ ਜੋੜ ਕੇ ਬੇਨਤੀ ਕਰਦੀਆਂ ਡੱਲੇ ਮਹਾਰਾਜ ਜੀ ਅੱਗੇ ਵੀ ਅਤੇ ਡੱਲੇ ਨੂੰ ਆਖਦੀਆਂ ਵੀ ਜਿੱਥੇ ਮਾਤਾ ਜੀ ਕਹਿ ਰਹੇ ਹੈ, ਜਿੱਥੇ ਮਹਾਰਾਜ ਰਹਿਣਗੇ ਉੱਥੇ ਲਾਗੇ ਚਰਨਾਂ ਵਿੱਚ ਅਸੀਂ ਰਵਾਂਗੇ ਜੀ। ਹਾਂਜੀ, ਚਰਨ ਸਰੋਜਨ ਵਿਛੜ ਨਾ ਚਾਹਤ, ਗੱਜ ਕੇ ਆਖੋ। ਬੜਾ ਅੱਗੇ ਲੰਮਾ ਸਮਾਂ ਹੋ ਗਿਆ ਮਹਾਰਾਜ ਦੇ ਚਰਨਾਂ ਤੋਂ ਵਿਛੜ ਕੇ ਰਹੀਆਂ ਅਤੇ ਅੰਦਰ ਪਿਆਰ ਨਾਲ ਭਰ ਗਿਆ। ਮਾਤਾਵਾਂ ਨੇ ਕਿਹਾ ਅਸੀਂ ਮਹਾਰਾਜ ਦੇ ਚਰਨਾਂ ਤੋਂ ਵਿਛੜ ਕੇ ਨਹੀਂ ਰਹਿਣਾ ਚਾਹੁੰਦੀਆਂ, ਅਸੀਂ ਮਹਾਰਾਜ ਦੇ ਚਰਨਾਂ ਵਿੱਚ ਰਹਿਣਾ, ਇਹ ਜਿੱਥੇ ਰਹਿਣਗੇ ਸਾਨੂੰ ਉੱਥੇ ਹੀ ਪਲਾ ਹੈ।
ਇਹ ਜਿੱਥੇ ਰਹਿਣਗੇ ਸਾਡਾ ਉੱਥੇ ਹੀ ਭਲਾ ਹੋ ਜਾਣਾ, ਅਸੀਂ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿਣਾ। ਪਿਆਰਿਓ, ਇੱਕ ਤੇ ਪਤੀ ਤੇ ਦੂਜੇ ਸਤਿਗੁਰੂ ਜੀ, ਕਿੰਨੀ ਵੱਡੀ ਗੱਲ ਹੈ। ਤੇ ਮਾਫ ਕਰਿਓ, ਇੱਥੇ ਪਤੀ ਪਤਨੀ ਵਾਲੀ ਭਾਵਨਾ ਨਾ ਲਿਓ ਜੀ। ਠੀਕ ਹੈ, ਬਾਹਰੀ ਤੌਰ 'ਤੇ ਇੱਕ ਰਿਸ਼ਤਾ ਹੈ, ਰਿਸ਼ਤੇ ਕਰਕੇ ਕਹਿਣਾ ਪੈਂਦਾ ਹੈ, ਪਰ ਦੋਵੇਂ ਮਾਤਾਵਾਂ ਧੰਨ ਮਾਤਾ ਸਾਹਿਬ ਕੌਰ ਜੀ ਅਤੇ ਧੰਨ ਮਾਤਾ ਸੁੰਦਰ ਕੌਰ ਜੀ, ਸਾਧ ਸੰਗਤ ਜੀ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜਿੱਥੇ ਪਤੀ ਕਰਕੇ ਜਾਣਦੇ ਹੈ, ਉੱਥੇ ਆਪਣੇ ਸਤਿਗੁਰੂ ਆਪਣੇ ਰੱਬ ਕਰਕੇ ਜਾਣਦੇ ਹੈ। ਆਖਿਆ ਹੀ ਇਹਨਾਂ ਦੇ ਚਰਨਾਂ ਤੋਂ ਨਾ ਹੁਣ ਵਿਛੜਨਾ ਨਹੀਂ ਚਾਹੁੰਦੇ। ਹਾਂਜੀ, ਬਹੁ ਦਿਨ ਤੇ ਹਮ ਪਿਖਨ ਉਮਾਹਤ, ਬੜੇ ਦਿਨ ਹੋ ਗਏ ਸਨ ਇਹਨਾਂ ਦੇ ਦਰਸ਼ਨ ਕੀਤਿਆਂ ਤੋਂ। ਮਾਤਾ ਸਾਹਿਬ ਕੌਰ ਜੀ ਦੇ ਬਾਰੇ ਤਾਂ ਇਹ ਗੱਲ ਪ੍ਰਚਲਿਤ ਹੈ ਵੀ ਜਿੰਨਾ ਚਿਰ ਤੱਕ ਮਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਹੀ ਨਹੀਂ ਕਰਦੇ ਹੁੰਦੇ, ਉਹਨਾਂ ਚਿਰ ਤੱਕ ਸਾਧ ਸੰਗਤ ਜੀ ਪਾਣੀ ਦੀ ਬੂੰਦ ਵੀ ਨਹੀਂ ਸੀ ਛੱਕਦੇ ਹੁੰਦੇ ਜੀ। ਬੜਾ ਵੱਡਾ ਨੇਮ ਹੈ, ਬੜਾ ਵੱਡਾ ਨੇਮ ਹੈ। ਅਤੇ ਮਾਤਾ ਜੀ ਹੋਣੀ ਕਹਿ ਰਹੇ ਹੈ, ਕਹਿੰਦੇ ਬੜੇ ਚਿਰ ਤੋਂ ਆਪਾਂ ਸਤਿਗੁਰੂ ਜੀ ਦੇ ਚਰਨਾਂ ਤੋਂ ਵਿਛੜੀਆਂ ਸਾਂ, ਬੜੇ ਚਿਰਾਂ ਤੋਂ ਦਰਸ਼ਨਾਂ ਦੀ ਇੱਛਾ ਸੀਗੀ। ਹਾਂਜੀ, ਕਿਤਕ ਫਰਕ ਕਰ ਸਿਵਰ ਉਤਾਰਾ, ਤੁਸੀਂ ਥੋੜ੍ਹੇ ਫਰਕ 'ਤੇ ਸਾਡਾ ਤੰਬੂ ਲਵਾ ਦਿਓ। ਜੇ ਸਾਡੀ ਰਿਹਾਇਸ਼ ਹੀ ਰੱਖਣੀ ਹੈ ਗੁਰੂ ਸਾਹਿਬ ਦੇ ਆਸਣ ਤੋਂ, ਥੋੜ੍ਹੇ ਫਰਕ 'ਤੇ ਸਾਡਾ ਤੰਬੂ ਲਵਾ ਦਿਓ। ਹਾਂਜੀ, ਤੰਬੂ ਤਨਿਓ ਕਨਾਤ ਮਝਾਰਾ, ਅਤੇ ਡੱਲੇ ਨੇ ਸਤ ਬਚਨ ਆਖਿਆ ਮਾਤਾ ਸੁੰਦਰੀ ਜੀ ਵਾਸਤੇ ਅਤੇ ਧੰਨ ਮਾਤਾ ਸਾਹਿਬ ਦੇਵਾਂ ਕੌਰ ਜੀ ਵਾਸਤੇ, ਇੱਕ ਤੰਬੂ ਲਵਾਇਆ ਜੀ, ਗੁਰੂ ਸਾਹਿਬ ਮਹਾਰਾਜ ਜੀ ਦੇ ਤੰਬੂ ਦੇ ਲਾਗੇ ਜੀ। ਹਾਂਜੀ, ਸੁੱਤ ਸ਼ੋਕਾਰਤ ਸੁੰਦਰੀ ਸੁੰਦਰ, ਪਰ ਮਾਤਾ ਸੁੰਦਰੀ ਜੀ ਅਜੇ ਵੀ ਬਾਬਾ ਅਜੀਤ ਸਿੰਘ ਸਾਹਿਬ ਦਾ ਧਿਆਨ ਧਰਦੇ, ਜਦੋਂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਹੈ ਉਦੋਂ ਹੀ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਧਿਆਨ ਆਉਂਦਾ ਹੈ, ਸਾਹਿਬਜ਼ਾਦਿਆਂ ਨੂੰ ਚੇਤਾ ਕਰਦੇ ਹੈ, ਮਨ ਵਿੱਚ ਬੈਰਾਗ ਉਪਜ ਜਾਂਦਾ ਹੈ। ਹਾਂਜੀ, ਸਾਹਿਬ ਦੇਵੀ ਜੁੱਤ ਥਿਰ ਅੰਦਰ, ਮਾਤਾ ਜੀ ਮਾਤਾ ਸਾਹਿਬ ਕੌਰ ਜੀ ਉਹ ਵੀ ਤੰਬੂ ਵਿੱਚ ਰਹਿੰਦੇ ਹੈ ਅਤੇ ਇੱਛਾ ਇਹੋ ਹੀ ਹੈ, ਬਾਣੀ ਪੜ੍ਹਦੇ ਰਹਿੰਦੇ ਹੈ ਅਤੇ ਝਾਤੀ ਮਾਰਦੇ ਹੈ ਵਿੱਚੋਂ, ਮਹਾਰਾਜ ਸੱਚੇ ਪਾਤਸ਼ਾਹ ਬਾਹਰ ਵਿਚਰ ਰਹੇ ਹੁੰਦੇ ਹੈ ਅਤੇ ਦਰਸ਼ਨ ਕਰਕੇ ਉੱਥੇ ਹੀ ਆਨੰਦ ਵਿੱਚ ਹੋ ਜਾਂਦੇ ਹੈ, ਮਹਾਰਾਜ ਦੇ ਦਰਸ਼ਨ ਕਰਦੇ ਰਹਿੰਦੇ ਹੈ। ਹਾਂਜੀ, ਡੱਲਾ ਕਰ ਆਹਾਰ ਵਿਦਨਾਨਾ, ਡੱਲਾ ਕਈ ਪ੍ਰਕਾਰ ਨਾਲ ਪ੍ਰਸ਼ਾਦਾ ਤਿਆਰ ਕਰਕੇ। ਹਾਂਜੀ, ਥਾਰ ਪੁਚਾਵਹਿ ਪ੍ਰੀਤ ਮਹਾਨਾ, ਅਤੇ ਕਈ ਤਰ੍ਹਾਂ ਦਾ ਜੀ, ਖੱਟਾ ਮਿੱਠਾ ਹੋਰ ਬੜੇ ਤਰ੍ਹਾਂ ਦਾ ਪਦਾਰਥ ਬਣਾ ਕੇ ਥਾਲੇ ਵਿੱਚ ਸਜਾ ਕੇ, ਇੱਕ ਥਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਅਤੇ ਦੋ ਥਾਲੇ ਮਾਤਾਵਾਂ ਵਾਸਤੇ ਜੀ, ਡੱਲੇ ਨੇ ਇਹ ਸੇਵਾ ਕਰਨੀ ਜੀ। ਹਾਂਜੀ, ਪੰਜ ਦਿਵਸ ਇਸ ਭਾਂਤ ਬਿਤਾਏ, ਪੰਜ ਦਿਨ ਮਹਾਰਾਜ ਸੱਚੇ ਪਾਤਸ਼ਾਹ ਨੇ ਡੱਲੇ ਦੇ ਘਰੋਂ ਪ੍ਰਸ਼ਾਦਾ ਛਕਿਆ ਜੀ, ਫਿਰ ਪੰਜ ਦਿਨ ਸਵੇਰੇ ਸ਼ਾਮ ਡੱਲੇ ਦੇ ਘਰੋਂ ਪ੍ਰਸ਼ਾਦਾ ਆਉਣਾ, ਥਾਲ ਸਜਾ ਕੇ ਆਉਣਾ, ਸੱਜ ਕੇ ਆਉਣਾ, ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜ ਦਿਨ ਡੱਲੇ ਦਾ ਪ੍ਰਸ਼ਾਦਾ ਛਕਿਆ ਉਹਦੇ ਘਰੋਂ ਜੀ, ਮਾਤਾਵਾਂ ਨੇ ਵੀ ਉਹ ਪ੍ਰਸ਼ਾਦਾ ਛਕਿਆ ਜੀ। ਹਾਂਜੀ, ਅੰਤਰ ਦੇਗ ਬਣੇ ਸਭ ਖਾਏ, ਉਹ ਡੱਲੇ ਦੇ ਕਿਲੇ ਵਿੱਚ ਹੀ ਪ੍ਰਸ਼ਾਦਾ ਤਿਆਰ ਹੁੰਦਾ ਸੀ ਮਹਾਰਾਜ ਵਾਸਤੇ, ਚੌਧਰੀ ਡੱਲੇ ਦੇ ਉਹੋ ਹੀ ਸਿੰਘ ਛਕਦੇ ਸਨ, ਉਹੋ ਹੀ ਪ੍ਰਸ਼ਾਦਾ ਮਹਾਰਾਜ ਸੱਚੇ ਪਾਤਸ਼ਾਹ ਛਕਦੇ ਜੀ। ਹਾਂਜੀ, ਦਿਵਸ ਖਸ਼ਟਮੇ ਪ੍ਰਭ ਫੁਰਮਾਇਓ, ਸੰਗਤਾਂ ਬਹੁਤ ਆ ਗਈਆਂ, ਅੱਗੇ ਮਾਇਆ ਦੇ ਢੇਰ ਲੱਗ ਗਏ, ਛੇਵੇਂ ਦਿਨ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਡੱਲੇ ਨੂੰ ਕੋਲ ਸੱਦ ਕੇ ਬੜੇ ਪਿਆਰ ਨਾਲ ਬਿਠਾ ਕੇ ਮਹਾਰਾਜ ਡੱਲੇ ਨੂੰ ਕਹਿ ਰਹੇ ਹੈ, ਹਾਂਜੀ, ਦੇਗ ਥਾਨ ਲਿਹ ਵਹਿਰ ਬਣਾਇਓ, ਮਹਾਰਾਜ ਕਹਿੰਦੇ ਡੱਲੇ ਤੂੰ ਬੜੀ ਸੇਵਾ ਕੀਤੀ ਹੈ, ਅਸੀਂ ਇੱਥੇ ਬੈਠੇ ਹਾਂ ਤੇਰੀ ਥਾਂ ਉੱਤੇ ਆ ਕੇ, ਅਤੇ ਮਹਾਰਾਜ ਕਹਿੰਦੇ ਡੱਲੇ ਹੁਣ ਪ੍ਰਸ਼ਾਦਾ ਤੇਰੇ ਘਰੋਂ ਨਹੀਂ ਆਇਆ ਕਰੇਗਾ, ਗੱਜ ਕੇ ਆਖੋ, ਪ੍ਰਸ਼ਾਦਾ ਤੇਰੇ ਘਰੋਂ ਨਹੀਂ ਆਇਆ ਕਰੇਗਾ,
ਪ੍ਰਸ਼ਾਦਾ ਸਾਡੇ ਸਿੰਘ ਲਾਂਗਰੀ ਸਿੰਘ ਮਹਾਰਾਜ ਕਹਿੰਦੇ ਬਾਹਰ ਕਿਲੇ ਦੇ ਬਾਹਰ ਬਣਾਇਆ ਕਰਨਗੇ, ਸਾਡੇ ਸਾਹਮਣੇ ਬਣਾਇਆ ਕਰਨਗੇ ਜੀ। ਪ੍ਰਸ਼ਾਦਾ ਜਿਹੜਾ ਛਕਣਾ ਹੈ ਸਾਧ ਸੰਗਤ ਜੀ, ਉਹ ਵੀ ਬੜਾ ਜਾਂਚ ਪੜਤਾਲ ਦੇ ਨਾਲ ਛਕਣਾ ਚਾਹੀਦਾ ਹੈ। ਹਾਂਜੀ, ਪੁਨ ਡੱਲੇ ਕੋ ਕੀਏ ਸਮਝਾਵਨ, ਡੱਲਾ ਮਹਾਰਾਜ ਨੂੰ ਬੇਨਤੀ ਕਰਦਾ, ਮਹਾਰਾਜ ਕੋਈ ਭੁੱਲ ਹੋ ਗਈ ਪ੍ਰਸ਼ਾਦਾ ਤਿਆਰ ਕਰਨ ਲੱਗਿਆ, ਵੀ ਕੋਈ ਭੁੱਲ ਹੋ ਗਈ ਹੋਵੇ। ਮਹਾਰਾਜ ਨੇ ਡੱਲੇ ਨੂੰ ਸਮਝਾਇਆ, ਮਹਾਰਾਜ ਕਹਿੰਦੇ ਨਹੀਂ ਡੱਲੇ, ਭੁੱਲ ਕੋਈ ਨਹੀਂ ਹੋਈ। ਹਾਂਜੀ, ਲੰਗਰ ਬਣ ਹੈ ਨਿਕਟ ਹਮ ਖਾਵਨ, ਮਹਾਰਾਜ ਕਹਿੰਦੇ ਅਸੀਂ ਪ੍ਰਸ਼ਾਦਾ ਛਕਣਾ ਹੁੰਦਾ, ਤੇਰੇ ਘਰੋਂ ਬਣ ਕੇ ਪ੍ਰਸ਼ਾਦਾ ਹੁੰਦਾ, ਅਤੇ ਮਹਾਰਾਜ ਕਹਿੰਦੇ ਇੱਥੇ ਬਣ ਜਿਆ ਕਰੇਗਾ, ਅਤੇ ਇੱਥੇ ਲਾਗੇ ਅਸੀਂ ਛਕ ਲਿਆ ਕਰਨਾ। ਖੁੱਲ੍ਹਾ ਪਦਾਰਥ ਮਾਇਆ ਆ ਰਹੀ ਹੈ, ਸੰਗਤਾਂ ਪਦਾਰਥ ਲੈ ਕੇ ਆਉਂਦੀਆਂ, ਰਸਦ ਲੈ ਕੇ ਆਉਂਦੀਆਂ, ਲੰਗਰ ਇੱਥੇ ਹੀ ਬਣ ਜਿਆ ਕਰੇਗਾ ਮਹਾਰਾਜ ਕਹਿੰਦੇ। ਹਾਂਜੀ, ਘਨੋ ਭਾਓ ਹਮਨੇ ਤੁਬ ਦੇਖਾ, ਬਾਕੀ ਮਹਾਰਾਜ ਕਹਿੰਦੇ ਡੱਲੇ ਅਸੀਂ ਤੇਰੇ ਅੰਦਰ ਦੀ ਸ਼ਰਧਾ ਵੇਖੀ ਹੈ, ਤੇਰੇ ਅੰਦਰ ਸਾਡੇ ਪ੍ਰਤੀ ਪਿਆਰ ਬੜਾ। ਮਹਾਰਾਜ ਕਹਿੰਦੇ ਪਿਆਰ ਬੜਾ ਹੈ, ਕੱਜ ਕੇ ਆਖੋ ਪਿਆਰ ਹੋਣਾ ਚੰਗੀ ਗੱਲ ਹੈ। ਮਹਾਰਾਜ ਕਹਿੰਦੇ ਤੇਰੇ ਅੰਦਰ ਪਿਆਰ ਬੜਾ ਸਾਡੇ ਵਾਸਤੇ, ਅਸੀਂ ਤੇਰੀ ਸ਼ਰਧਾ ਵੇਖੀ ਹੈ, ਪਰ ਪ੍ਰਸ਼ਾਦਾ ਹੁਣ ਬਾਹਰ ਸਿੰਘ ਤਿਆਰ ਕਰਿਆ ਕਰਨਗੇ। ਉਹ ਸਾਧ ਸੰਗਤ ਜੀ ਜਿਹੜਾ ਗੁਰੂ ਸਾਹਿਬ ਵਾਸਤੇ ਪ੍ਰਸ਼ਾਦਾ ਤਿਆਰ ਕਰਨਾ, ਸੰਗਤ ਵਾਸਤੇ ਕਰਨਾ, ਹੁਣ ਬਣਾ ਲਈ ਹੈ ਖੇਡ, ਮਾਫ਼ ਕਰਿਓ, ਖੇਡ ਬਣਾ ਲਈ ਹੈ ਹੁਣ ਜੀ, ਵੀ ਜਿਹੜਾ ਮਰਜ਼ੀ ਕਰੀ ਚੱਲੇ। ਨਹੀਂ ਸਾਧ ਸੰਗਤ ਜੀ, ਜਿੰਨੇ ਵੀ ਸੰਗਤ ਦਾ ਪ੍ਰਸ਼ਾਦਾ ਤਿਆਰ ਕਰਨਾ, ਉਹ ਬਾਣੀ ਪੜ੍ਹਦਾ, ਨਾਮ ਜਪਦਾ, ਪ੍ਰੇਮ ਦੇ ਨਾਲ ਪ੍ਰਸ਼ਾਦਾ ਤਿਆਰ ਕਰੇਗਾ, ਜੇ ਕੇ ਆਖੋ। ਅਤੇ ਤੁਸੀਂ ਵੇਖ ਲਿਓ ਪ੍ਰੈਕਟੀਕਲ ਕਰਕੇ, ਇੱਕ ਹਫ਼ਤਾ ਸਾਧ ਸੰਗਤ ਜੀ ਪ੍ਰਸ਼ਾਦਾ ਬਾਣੀ ਪੜ੍ਹਦਿਆਂ ਤਿਆਰ ਕਰੋ, ਸੱਚੀ ਸੁੱਚੀ ਕਿਰਤ ਦਾ ਪ੍ਰਸ਼ਾਦਾ ਕਰੀਏ ਤਿਆਰ, ਅਤੇ ਨਾਮ ਜਪਦਿਆਂ ਜਪਦਿਆਂ ਬਾਣੀ ਪੜ੍ਹਦਿਆਂ ਪ੍ਰਸ਼ਾਦਾ ਤਿਆਰ ਹੋਇਆ ਹੋਵੇ ਉਹ ਛਕ ਕੇ ਵੇਖਿਓ, ਬਾਣੀ ਪੜ੍ਹਨ ਨੂੰ ਆਪੇ ਜੀ ਕਰੇਗਾ ਜੀ, ਆਪੇ ਜੀ ਕਰੇਗਾ ਜੀ। ਅਤੇ ਜੇ ਪ੍ਰਸ਼ਾਦਾ ਨਹੀਂ ਨਾ ਸਹੀ ਮਰਜ਼ਾਦਾ ਨਾਲ ਤਿਆਰ ਹੋਇਆ, ਅਤੇ ਬਾਣੀ ਪੜ੍ਹਨ ਲੱਗਿਆਂ ਬੈਠੇ ਬਾਣੀ ਪੜ੍ਹਨ ਲਈ, ਅਤੇ ਫਿਰ ਮਨ ਕੀ ਕਰਦਾ ਵੀ ਛੇਤੀ ਛੇਤੀ ਪਾਠ ਦਾ ਭੋਗ ਪਾਈਏ ਅਤੇ ਉੱਠ ਗਏ ਅਤੇ ਸੋਈਏ ਜੀ। ਹਾਂਜੀ, ਬੜਾ ਅਸਰ ਹੈਗਾ ਜੀ, ਬੜਾ ਅਸਰ ਹੈਗਾ ਜੀ। ਅਤੇ ਇੱਕ ਹਫ਼ਤਾ ਕਰਕੇ ਵੇਖ ਲਓ ਇਹਦਾ ਅਸਰ ਪਏਗਾ ਜੀ, ਪ੍ਰੈਕਟੀਕਲ ਕਰਕੇ ਵੇਖ ਲਓ। ਦਾਲ ਭਾਜਾ ਜੋ ਬਣਾਉਣਾ ਹੈ ਉਹ ਬਾਣੀ ਪੜ੍ਹਦਿਆਂ ਬਣਾਉਣਾ, ਸੁਚਮਤਾ ਦੇ ਨਾਲ ਬਣਾਉਣਾ, ਉਹਨੂੰ ਛੱਕ ਕੇ ਬਾਣੀ ਪੜ੍ਹਿਓ, ਅਸਰ ਪਏਗਾ, ਅਸਰ ਪਏਗਾ। ਅਤੇ ਹੁਣ ਚਲੋ ਆਪਾਂ ਇੱਥੇ ਸਿੰਘ ਧਿਆਨ ਰੱਖਦੇ ਹੈ, ਪਰ ਵਾਹਿਗੁਰੂ ਬਖਸ਼ ਲਵੇ ਜੀ, ਜਿਵੇਂ ਪ੍ਰਸ਼ਾਦਾ ਸੰਗਤ ਵਾਸਤੇ ਅਤੇ ਗੁਰੂ ਸਾਹਿਬ ਲਈ ਭੋਗ ਲੱਗਣਾ ਹੁੰਦਾ, ਤਿਆਰ ਹੁੰਦਾ, ਉਹ ਜਿਵੇਂ ਬਣਦਾ ਉਹ ਤਾਂ ਵੇਖ ਕੇ ਛਕਣ ਨੂੰ ਜੀ ਨਹੀਂ ਕਰਦਾ ਜੀ। ਹਾਂਜੀ, ਨਾ ਉਹਨਾਂ ਸਿਰ ਕੱਜੇ ਜੀ, ਹਾਂਜੀ ਜੂਠੇ ਮਿੱਠੇ ਹੱਥ ਅਤੇ ਮੈਲੇ ਕਚੈਲੇ ਭਾਂਡੇ ਜੀ, ਉਹਨਾਂ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਕੇ ਸੰਗਤ ਨੂੰ ਕਹਿੰਦੇ ਜੀ ਗੁਰੂ ਕਾ ਲੰਗਰ, ਅਤੇ ਨਾਲੇ ਥਾਲ ਮਹਾਰਾਜ ਅੱਗੇ ਰੱਖ ਦਿੰਦੇ ਜੀ, ਹੈਂ ਆਹ ਜੀ ਗੁਰੂ ਕਾ ਲੰਗਰ। ਇਹ ਗੁਰੂ ਕਾ ਲੰਗਰ ਨਹੀਂ ਹੈਗਾ ਜੀ, ਗੁਰੂ ਕਾ ਲੰਗਰ ਬੜੀ ਮਰਜ਼ਾਦਾ ਵਾਲਾ, ਉਹ ਤਾਂਹੀਓ ਫਿਰ ਮਨ ਵੀ ਉਹੋ ਜਿਹਾ ਹੈ ਜੀ, ਢਿੱਲੇ ਮੱਠੇ, ਬੜੀ ਮਰਜ਼ਾਦਾ ਸੁੱਚਮ। ਮਹਾਰਾਜ ਕਹਿੰਦੇ ਤੇਰੇ ਵੱਲੋਂ ਕੋਈ ਕਮੀ ਨਹੀਂ ਹੈ, ਪਰ ਪ੍ਰਸ਼ਾਦਾ ਹੁਣ ਲਾਂਗਰੀ ਸਿੰਘ ਤਿਆਰ ਕਰਿਆ ਕਰਨਗੇ। ਹਾਂਜੀ, ਸਭ ਵਿਧ ਕੀਨੀ ਸੇਵ ਵਿਸ਼ੇਖਾ, ਹਰ ਪ੍ਰਕਾਰ ਦੇ ਨਾਲ ਮਹਾਰਾਜ ਕਹਿੰਦੇ ਤੂੰ ਸਾਡੀ ਸੇਵਾ ਕੀਤੀ ਹੈ, ਅਸੀਂ ਤੇਰੇ ਤੇ ਖੁਸ਼ ਹਾਂ। ਮਹਾਰਾਜ ਕਹਿੰਦੇ ਹਾਂਜੀ, ਸੁਣ ਡੱਲੇ ਕਰ ਜੋਰ ਉਚਾਰਾ, ਡੱਲਾ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਬ ਜੀ ਨੂੰ ਬੇਨਤੀ ਕਰਦਾ। ਹਾਂਜੀ, ਮੋਹੇ ਕੁਟੰਬ ਸਮਾਜ ਹੈ ਸਾਰਾ, ਸੱਚੇ ਪਾਤਸ਼ਾਹ ਜੇ ਕੋਈ ਸਿੱਖ ਮਤ ਦੇਣੀ ਤੇ ਦਿਓ ਮਹਾਰਾਜ, ਕਿਵੇਂ ਸੇਵਾ ਕਰੀਏ, ਮੇਰਾ ਘਰ ਪਰਿਵਾਰ ਸਮਾਜ ਬੱਚੇ ਸਾਰਾ ਕੁਝ ਮਹਾਰਾਜ ਆਪ ਜੀ ਦੇ। ਹਾਂਜੀ, ਦੁਰਗ ਧੇਨ ਹੈ ਮਖ ਮਹਿਕ ਉਦਾਰਾ, ਮਹਾਰਾਜ ਕਿਲਾ ਵੀ ਆਪ ਜੀ ਦਾ,
ਫਿਰ ਸੱਚੇ ਪਾਤਸ਼ਾਹ ਗਾਵਾਂ ਵੀ ਆਪ ਜੀ ਦੀਆਂ, ਘੋੜੇ ਵੀ ਆਪ ਜੀ ਦੇ ਆ, ਮੱਝਾਂ ਵੀ ਤੁਹਾਡੀਆਂ, ਸਾਰਾ ਕੁਝ ਤੁਹਾਡਾ ਹੀ ਦਿੱਤਾ ਹੋਇਆ ਸੱਚੇ ਪਾਤਸ਼ਾਹ। ਹਾਂਜੀ, ਘਰ ਬਾਹਰ ਸਭ ਹੈ ਤੁਹਾਰਾ, ਘਰ ਬਾਹਰ ਜੋ ਕੁਝ ਹੈ ਮਹਾਰਾਜ ਸਭ ਕੁਛ ਆਪ ਜੀ ਦਾ। ਹਾਂਜੀ, ਯਥਾ ਸ਼ਕਤ ਮੈਂ ਦੇਗ ਬਣੇ ਹਾਂ, ਤੇ ਮਹਾਰਾਜ ਜਿੰਨੀ ਕੁ ਪਹੁੰਚ ਹੈ ਉਸ ਤਰੀਕੇ ਦੇ ਨਾਲ ਮੈਂ ਹਰ ਰੋਜ਼ ਲੰਗਰ ਤਿਆਰ ਕਰਦਾ, ਹਰ ਰੋਜ਼ ਲੰਗਰ ਤਿਆਰ ਕਰਦਾ। ਹੁਣ ਗੱਲ ਤੇ ਸੱਚੀ ਹੈ ਸਾਧ ਸੰਗਤ ਜੀ, ਚਲੋ ਡੱਲਾ ਤੇ ਮਹਾਰਾਜ ਦਾ ਸਿੰਘ ਹੈ, ਮੈਂ ਆਮ ਵੈਸੇ ਗੱਲ ਕਰਨ ਲੱਗਾ ਜੀ, ਕਿਉਂ ਗੁਰੂ ਘਰਾਂ ਵਿੱਚ ਪ੍ਰਬੰਧ ਹੋਰ ਹੈ, ਗੁਰੂ ਘਰਾਂ ਵਿੱਚ ਸਾਰੀਆਂ ਗੱਲਾਂ ਉਸ ਤਰੀਕੇ ਨਾਲ ਲਾਗੂ ਨਹੀਂ ਹੁੰਦੀਆਂ, ਪਰ ਬੰਦਗੀ ਕਰਨ ਵਾਲੇ ਗੁਰਮੁਖ ਮਹਾਂਪੁਰਖ ਉਹਨਾਂ ਦੇ ਬਾਰੇ ਬੇਨਤੀ ਕਰਨ ਲੱਗਾ ਕਿ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ, ਇਹਨਾਂ ਦੇ ਬਾਰੇ ਗੱਲ ਕੀਤੀ ਅਤੇ ਉੱਥੇ ਭਲਾਈ ਸਿੰਘਾਂ ਨੇ ਗੱਲ ਤਾਂ ਸੁੱਤੇ ਸਿੱਧੀ ਕੀਤੀ ਸੀ, ਪਰ ਮੈਨੂੰ ਗੱਲ ਬੜੀ ਅਸਰ ਕੀਤੀ ਅਤੇ ਚੰਗੀ ਲੱਗੀ ਜੀ। ਉਹ ਜਦੋਂ ਕਿਸੇ ਨੇ ਸੰਗਤ ਦੇ ਲੰਗਰ ਦੀ ਸੇਵਾ ਕਰਨੀ ਹੁੰਦੀ ਸੀ ਨਾ ਜੀ, ਉੱਥੇ ਸਤਸੰਗ ਘਰ ਦੇ ਵਿੱਚ ਭਲਾਈ ਵਿੱਚ ਕਿਸੇ ਪ੍ਰੇਮੀ ਨੇ ਆਉਣਾ ਵੀ ਸੰਗਤ ਨੂੰ ਲੰਗਰ ਛਕਾਉਣਾ, ਲੰਗਰ ਦੀ ਸੇਵਾ ਕਰਨੀ ਹੈ, ਅਤੇ ਇੱਕ ਮਹੀਨਾ ਪਹਿਲਾਂ ਉਹਨੂੰ ਸੰਗਤ ਵਿੱਚ ਹਾਜ਼ਰੀ ਭਰਨੀ ਪੈਂਦੀ ਹੁੰਦੀ ਸੀ ਕਥਾ ਕੀਰਤਨ ਵਿੱਚ ਦੀ। ਇੱਕ ਮਹੀਨੇ ਪਹਿਲਾਂ ਉਹ ਆਵੇ, ਬੈਠੇ, ਸੁਣੇ, ਰਸ ਮਾਣੇ ਅਤੇ ਜਾਵੇ, ਮਹੀਨੇ ਤੋਂ ਬਾਅਦ ਉਹਦੀ ਮਾਇਆ ਲੈਣੀ ਅਤੇ ਫਿਰ ਉਹਦਾ ਪ੍ਰਸ਼ਾਦਾ ਤਿਆਰ ਕਰਨਾ ਜੀ, ਫਿਰ ਪ੍ਰਸ਼ਾਦਾ ਤਿਆਰ ਕਰਨਾ। ਮਾਫ਼ ਕਰਿਓ, ਬਹੁਤ ਸਾਰੇ ਐਸੇ ਵੀ ਲੋਕ ਨੇ ਗੁਰੂ ਘਰਾਂ ਦੇ ਵਿੱਚ ਆ ਕੇ ਦੋ ਨੰਬਰ ਦੀ ਪੈਸੇ ਦੇ ਲੰਗਰ ਲਾ ਕੇ ਆਪਣੇ ਦੋ ਨੰਬਰ ਦੇ ਪੈਸੇ ਨੂੰ ਸੱਚਾ ਅਤੇ ਪਵਿੱਤਰ ਕਰਨਾ ਚਾਹੁੰਦੇ ਹੈ, ਅਤੇ ਜੇ ਦੋ ਨੰਬਰ ਦੇ ਪੈਸਿਆਂ ਦਾ ਛਕਣਾ ਹੋਵੇ ਤਾਂ ਮਾਫ਼ ਕਰਿਓ, ਮਲਕ ਭਾਗੋ ਦੇ ਪੂੜੇ ਦੋ ਨੰਬਰ ਦੀ ਕਮਾਈ ਦੇ ਸੀਗੇ ਜੀ, ਉਹ ਦੋ ਨੰਬਰ ਦੀ ਕਮਾਈ ਦੇ ਸੀਗੇ। ਮਹਾਰਾਜ ਨੇ ਇੰਜ ਕੱਢ ਕੇ ਕਰਕੇ ਲਹੂ ਕੱਢਿਆ ਵਿਖਾ ਦਿੱਤਾ ਸੀ ਵੀ ਵੇਖ ਲਓ, ਉਹ ਦੋ ਨੰਬਰ ਦੀ ਕਮਾਈ ਦੇ ਸੀਗੇ ਜੀ, ਅਤੇ ਕਿਰਤ ਦੀ ਕਮਾਈ ਕਿਹਦੀ ਸੀ? ਭਾਈ ਲਾਲੋ ਜੀ ਦੀ ਜੀ, ਗੱਜ ਕੇ ਆਖੋ। ਇਹਦਾ ਵਿਸ਼ਾ ਇਹ ਨਾ ਲਿਓ ਵੀ ਕਿਤੇ ਭਾਈ ਡੱਲੇ ਦੀ ਦੋ ਨੰਬਰ ਦੀ ਕਮਾਈ ਹੈ, ਇਹ ਵੈਸੇ ਕਥਾ ਵਿੱਚ ਗੱਲ ਆ ਗਈ ਹੈ, ਤਾਂ ਬੇਨਤੀ ਕਰਨੇ ਆ। ਮਹਾਰਾਜ ਤਾਂ ਆਪਣੀ ਨਿਗਾਹ ਵਿੱਚ ਰੱਖਣਾ ਚਾਹੁੰਦੇ ਆ ਸਾਰਾ ਕੁਛ, ਅਤੇ ਡੱਲਾ ਮਹਾਰਾਜ ਨੂੰ ਬੇਨਤੀ ਕਰਦਾ ਸੱਚੇ ਪਾਤਸ਼ਾਹ ਗਰੀਬ ਨਵਾਜ, ਸਾਰਾ ਕੁਝ ਆਪ ਜੀ ਦਾ ਹੀ ਹੈ। ਹਾਂਜੀ, ਲੇਹੋ ਸ਼ਰਧਾ ਪਿਖ ਜਬ ਲੱਗਦੈ ਹਾਂ, ਮਹਾਰਾਜ ਜਿੰਨਾ ਚਿਰ ਤੱਕ ਲੰਗਰ ਕਰਨ ਦੀ ਸਮਰੱਥਾ ਮੇਰੀ ਮਹਾਰਾਜ, ਉਹਨਾਂ ਚਿਰ ਤੱਕ ਛਕੀ ਚੱਲੋ, ਮਹਾਰਾਜ ਸਿੰਘਾਂ ਨੂੰ ਹੁਕਮ ਕਰ ਦਿਓ ਛਕਣ ਦਾ। ਹਾਂਜੀ, ਘਰ ਮੈਂ ਅੰਨ ਆਪ ਕੋ ਸਾਰਾ, ਘਰ ਵਿੱਚ ਸੱਚੇ ਪਾਤਸ਼ਾਹ ਜਿੰਨਾ ਅੰਨ ਹੈ ਉਹ ਸਾਰਾ ਆਪ ਜੀ ਦਾ ਹੀ ਹੈ। ਹਾਂਜੀ, ਘਰ ਹੋ ਸਿੰਘਨ ਸਹਿਤ ਆਹਾਰਾ, ਤੇ ਸਿੰਘਾਂ ਦੇ ਸਹਿਤ, ਮਹਾਰਾਜ ਸਿੰਘਾਂ ਦੇ ਸਹਿਤ ਆਪ ਜੀ ਵੀ ਪ੍ਰਸ਼ਾਦਾ ਛਕੋ, ਸਿੰਘ ਵੀ ਛਕਣ। ਪੰਜ ਦਿਨ ਹੋ ਗਏ ਸੀ ਮਹਾਰਾਜ ਉਹਦੇ ਘਰ ਦਾ ਪ੍ਰਸ਼ਾਦਾ ਛਕਣ ਦਾ ਸੀਗੇ। ਹਾਂਜੀ, ਪੁੰਨ ਗੁਰ ਭਾਖਿਓ ਖੁਸ਼ੀ ਹਮਾਰੀ, ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਉਹਦਾ ਮਨ ਵੀ ਨਹੀਂ ਤੋੜਦੇ, ਮਹਾਰਾਜ ਕਹਿੰਦੇ ਨਹੀਂ ਡੱਲਿਆ, ਅਸੀਂ ਤੇਰੇ 'ਤੇ ਬੜੇ ਖੁਸ਼ ਹਾਂ। ਮਹਾਰਾਜ ਕਹਿੰਦੇ ਹਾਂਜੀ, ਬਣੇ ਦੇਗ ਬਾਹਰ ਅਬ ਸਾਰੀ, ਪਰ ਮਹਾਰਾਜ ਕਹਿੰਦੇ ਜਿਹੜਾ ਲੰਗਰ ਹੈ ਉਹ ਤਾਂ ਹੁਣ ਬਾਹਰ ਹੀ ਤਿਆਰ ਹੋਇਆ ਕਰੇਗਾ, ਇੱਥੇ ਹੀ ਸਿੰਘ ਛਕਿਆ ਕਰਨਗੇ। ਮਹਾਰਾਜ ਨੂੰ ਪਤਾ ਵੀ ਪ੍ਰੋਗਰਾਮ ਬੜਾ ਲੰਬਾ ਹੈ, ਕਿੰਨਾ ਕੁ ਚਿਰ ਡੱਲਾ ਛਕਾਏਗਾ ਸੰਗਤਾਂ ਨੂੰ, ਅੱਜ ਕੇ ਆਖੋ। ਵਾਹਿਗੁਰੂ ਸਾਧ ਸੰਗਤ ਜੀ, ਉਦੋਂ ਦਾ ਲੰਗਰ ਆਰੰਭ ਹੋਇਆ, ਅੱਜ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਨਾਲ ਉੱਥੇ ਗੁਰੂ ਕਾ ਲੰਗਰ ਆਰੰਭ ਹੀ ਹੈ, ਅੱਜ ਤੱਕ ਆਰੰਭ ਹੈ। ਮਹਾਰਾਜ ਨੇ ਤਾਂ ਪਾਉਣੀ ਹੈ ਪਿਰਤ, ਅਤੇ ਡੱਲਾ ਕਿੰਨਾ ਕੁ ਚਿਰ ਲੰਗਰ ਛਕਾਏਗਾ ਜੀ, ਹੁਣ ਵੇਖ ਲਓ। ਉਦੋਂ ਦਾ ਮਹਾਰਾਜ ਨੇ ਲੰਗਰ ਬਾਹਰ ਕੀਤਾ, ਅੱਜ ਤੱਕ ਉੱਥੇ ਦਮਦਮਾ ਸਾਹਿਬ ਲੰਗਰ ਚੱਲ ਰਿਹਾ। ਹਾਂਜੀ, ਤੇਰੋ ਭਾਉ ਇਸੇ ਵਿਧ ਹੈ, ਮਹਾਰਾਜ ਕਹਿੰਦੇ ਤੇਰੀ ਭਾਵਨਾ ਪਤਾ ਹੈ ਸਾਨੂੰ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਵੀ ਅਸੀਂ ਜਾਣਦੇ ਹਾਂ ਸਾਰੀ ਗੱਲ। ਹਾਂਜੀ, ਪ੍ਰੇਮ ਸਮੇਤ ਸਾਚ ਹੀ ਕਹੇ, ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਹੈ ਵੀ ਤੂੰ ਪ੍ਰੇਮ ਹੀ ਹੈ, ਗੱਜ ਕੇ ਆਖੋ, ਤੇਰਾ ਪ੍ਰੇਮ ਹੀ ਹੈ
ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਲਿਹਾਜ਼ ਕਰ ਰਹੇ ਹਾਂ। ਕੋਈ ਕਿਸੇ ਕਿੰਨੇ ਵੀ ਪ੍ਰੇਮ ਵਾਲਾ ਹੋਵੇ ਪਰ ਸਾਧ ਸੰਗਤ ਜੀ ਕਿਸੇ 'ਤੇ ਬੋਝ ਨਹੀਂ ਬੰਨਣਾ ਜੀ, ਇਹ ਮਹਾਰਾਜ ਸਿੰਘਾਂ ਨੂੰ ਸਿਖਾਉਂਦੇ ਆ। ਹਾਂਜੀ, ਲਾਗੀ ਬਨਨ ਦੇਗ ਬੜ ਬਾਹਰ। ਅਤੇ ਹੁਣ ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਅਸਥਾਨ 'ਤੇ ਲੰਗਰ ਬਾਹਰ ਬਣਨ ਲੱਗ ਪਿਆ। ਬੜੀ ਵੱਡੀ ਗਿਣਤੀ ਵਿੱਚ ਸਾਧ ਸੰਗਤ ਜੀ ਲੰਗਰ ਸਿੱਖ ਸੰਗਤਾਂ ਨੇ ਛਕਣਾ। ਹਾਂਜੀ, ਅਚਹ ਸਿੰਘ ਅਰ ਸ਼ੁਧਤ ਸੁਜਾਹਰ। ਅਤੇ ਸਾਧ ਸੰਗਤ ਜੀ ਗੁਰੂ ਕੇ ਸਿੰਘ ਵੀ ਪ੍ਰਸ਼ਾਦਾ ਛਕਦੇ, ਅੱਗੇ ਤਾਂ ਸਿੰਘਾਂ ਵਾਸਤੇ ਹੀ ਨਾ ਪ੍ਰਸ਼ਾਦਾ, ਹੁਣ ਲੰਗਰ ਖੁੱਲ੍ਹਾ ਤਿਆਰ ਹੋਣਾ ਸ਼ੁਰੂ ਹੋ ਗਿਆ। ਆਸੇ ਪਾਸੇ ਪਿੰਡਾਂ ਵਿੱਚੋਂ ਕੋਈ ਵੀ ਭੁੱਖਾ ਨੰਗਾ ਹੁੰਦਾ ਸੀਗਾ ਉਹਨੂੰ ਨਾਲੇ ਬਸਤਰ ਮਿਲਣੇ ਅਤੇ ਨਾਲੇ ਪ੍ਰਸ਼ਾਦਾ ਵੀ ਮਿਲਣਾ ਜੀ। ਅੱਗੇ ਤਾਂ ਹੀ ਪ੍ਰਸ਼ਾਦਾ ਸੀਮਤ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹ ਪ੍ਰਸ਼ਾਦਾ ਖੁੱਲ੍ਹੇ ਲੈਵਲ 'ਤੇ ਕਰ ਦਿੱਤਾ ਜੀ, ਵੱਡੇ ਪੱਧਰ 'ਤੇ ਕਰ ਦਿੱਤਾ ਜੀ। ਹਾਂਜੀ, ਸਭ ਬੈਰਾੜ ਚਾਕਰੀ ਪਾਵੈ। ਬਰਾੜ ਜਿਹੜੇ ਸਾਨੂੰ ਆਪਣਾ ਵੱਖਰਾ ਬਣਾ ਕੇ ਛਕਦੇ ਹੁੰਦੇ ਸੀਗੇ ਉਹਨਾਂ ਨੂੰ ਤਨਖਾਹ ਮਿਲਦੀ ਹੁੰਦੀ ਸੀਗੀ। ਹਾਂਜੀ, ਨਿਜ ਨਿਜ ਭੋਜਨ ਕਰਹਿ ਸੁਖਾਵੈ। ਆਪੋ ਆਪਣੇ ਤਰੀਕੇ ਦੇ ਨਾਲ ਉਹਨਾਂ ਭੋਜਨ ਬਣਾਉਣਾ ਅਤੇ ਆਪਣੇ ਤਰੀਕੇ ਨਾਲ ਛਕਣਾ। ਹਾਂਜੀ, ਕੇਤਕ ਦਿਨ ਇਸ ਰੀਤ ਬਿਤਾਏ। ਕਈ ਦਿਨ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਰੀਤੀ ਦੇ ਨਾਲ ਦਿਨ ਬਤੀਤ ਕੀਤੇ। ਹੁਣ ਡੱਲੇ ਦੇ ਘਰੋਂ ਨਹੀਂ ਪ੍ਰਸ਼ਾਦਾ ਆਉਂਦਾ, ਮਹਾਰਾਜ ਦੀ ਹਜ਼ੂਰੀ ਵਿੱਚ ਲੰਗਰ ਪੱਕਦਾ। ਮਾਫ਼ ਕਰਿਓ, ਦਿਹਾੜੀ ਦੇ ਵਿੱਚ ਬੜਾ ਅਹਿਮ ਕੰਮ ਹੈ ਪ੍ਰਸ਼ਾਦਾ ਛਕਣਾ ਜੀ, ਗੱਜ ਕੇ ਆਖੋ। ਹਾਂਜੀ, ਹੁਣ ਜਿਹੜਾ ਇਹ ਮਰਜ਼ਾਦਾ ਰੱਖਦਾ ਉਹਨੂੰ ਕੱਟੜ ਕਹਿਣ ਲੱਗ ਪੈਂਦੇ ਆ ਵੀ ਇਹ ਬੜੇ ਕੱਟੜ ਨੇ ਜੀ, ਇਹ ਬੜੇ ਮਾੜੇ ਆ ਜੀ। ਦਿਹਾੜੀ ਵਿੱਚ ਅਹਿਮ ਕੰਮ ਹੈ ਪ੍ਰਸ਼ਾਦਾ ਛਕਣਾ, ਅਤੇ ਜੇ ਉਹ ਵੀ ਮਰਜ਼ਾਦਾ ਨਾ ਨਾ ਬਣਿਆ ਹੋਵੇ ਤਾਂ ਕੀ ਲਾਭ ਹੈਗਾ ਹੈ ਜੀ। ਹਾਂਜੀ, ਇਹ ਤਾਂ ਕਥਾ ਪੜ੍ਹ ਕੇ ਤਾਂ ਸਮੱਤ ਮਿਲੀ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਅੱਜ ਤੋਂ ਬਾਅਦ ਜਿਹੜਾ ਪ੍ਰਸ਼ਾਦਾ ਛਕਣਾ ਸਾਡੇ ਘਰਾਂ ਵਿੱਚ ਢਿੱਲਿਆਈਆਂ ਨੇ ਜੀ। ਹਾਂਜੀ, ਮੈਂ ਤੁਹਾਨੂੰ ਆਖੀ ਜਾਵਾਂ ਵੀ ਮਰਜ਼ਾਦਾ 'ਚ ਤਿਆਰ ਕਰੋ ਅਤੇ ਸਾਡੇ ਘਰ ਪੈਰਾਂ ਢਿੱਲਾ ਮੱਠਾ ਹੀ ਹੋਏ ਜੀ, ਬੜੀਆਂ ਢਿੱਲਾ ਮੱਠਾਂ ਨੇ। ਪਰ ਜਦੋਂ ਐਸਾ ਪ੍ਰਸੰਗ ਸੁਣਦੇ ਹਾਂ ਫਿਰ ਉਹ ਢਿੱਲ ਮੱਠ ਜਿਹੜੀ ਹੈ ਉਹ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣ ਕੇ ਦੂਰ ਕਰਨੀ ਚਾਹੀਦੀ ਹੈ, ਗੱਜ ਕੇ ਆਖੋ। ਉਹ ਫਿਰ ਮਰਜ਼ਾਦਾ ਵਿੱਚ ਰੱਖਣਾ ਚਾਹੀਦਾ ਸਾਰਾ ਕੁਛ ਜੀ। ਹਾਂਜੀ, ਪੁੰਨ ਡੱਲਾ ਕਰ ਜੋਰ ਅਲਾਏ। ਫਿਰ ਡੱਲੇ ਨੇ ਹੱਥ ਜੋੜ ਕੇ ਕਈ ਦਿਨਾਂ ਬਾਅਦ ਮਹਾਰਾਜ ਨੂੰ ਬੇਨਤੀ ਕੀਤੀ। ਸਿੰਘਨ ਸਹਿਤ ਸਕਲ ਬੈਰਾੜ। ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰੋ, ਆਪ ਜੀ ਵੀ ਸਿੰਘ ਵੀ ਅਤੇ ਬੈਰਾੜ ਵੀ ਫੌਜਾਂ ਵੀ ਕਰੋ ਆਪ ਹਿੱਤ ਤਿਆਰ ਆਹਾਰ। ਅੱਜ ਮੇਰਾ ਮਨ ਕਰਦਾ ਮੈਂ ਤੁਹਾਡੇ ਵਾਸਤੇ ਫਿਰ ਲੰਗਰ ਤਿਆਰ ਕਰਾਂ, ਗੱਜ ਕੇ ਆਖੋ। ਵੀ ਪੰਜ ਦਿਨ ਹੀ ਛਕਿਆ ਸੀ ਮਹਾਰਾਜ ਨੇ, ਉਹ ਤੋਂ ਬਾਅਦ ਬਾਹਰ ਤਿਆਰ ਹੋਇਆ ਮਹਾਰਾਜ, ਅੱਜ ਮੇਰਾ ਫਿਰ ਜੀ ਕਰਦਾ ਲੰਗਰ ਕਰਨ ਦਾ। ਹਾਂਜੀ, ਅੰਤਰ ਪਾਵਨ ਪਾਵਨ ਕਰੋ। ਅਤੇ ਮਹਾਰਾਜ ਇਸ ਵਾਰ ਮੇਰੀ ਬੇਨਤੀ ਹੈ, ਬੜਾ ਸਮਾਂ ਹੋ ਗਿਆ ਤੁਸੀਂ ਇਸ ਧਰਤੀ 'ਤੇ ਆਏ ਹੋ, ਅਜੇ ਤੱਕ ਘਰ ਨਹੀਂ ਚਰਨ ਪਾਏ, ਕਿਲ੍ਹੇ ਵਿੱਚ ਨਹੀਂ ਚਰਨ ਪਾਏ, ਮਹਾਰਾਜ ਪ੍ਰਸ਼ਾਦਾ ਛਕੋ ਨਾਲੇ ਕਿਲ੍ਹੇ ਦੇ ਵਿੱਚ ਚਰਨ ਪਾਓ ਸੱਚੇ ਪਾਤਸ਼ਾਹ। ਹਾਂਜੀ, ਪਾਵਨ ਸਦਨ ਸਰਬ ਹੀ ਧਰੋ। ਸੱਚੇ ਪਾਤਸ਼ਾਹ ਗਰੀਬ ਨਿਵਾਜ ਘਰ ਪਵਿੱਤਰ ਕਰੋ ਮਹਾਰਾਜ, ਸਿੰਘਾਂ ਦੇ ਨਾਲ ਆਓ, ਬਰਾੜ ਫੌਜਾਂ ਪੈਸਿਆਂ 'ਤੇ ਤਨਖਾਹ ਵਾਲੇ ਮਹਾਰਾਜ ਤੁਹਾਡੇ ਨਾਲ ਨੇ, ਉਹ ਵੀ ਨਾਲ ਲੈ ਕੇ ਆਓ, ਮਾਤਾਵਾਂ ਵੀ ਆਉਣ ਸੱਚੇ ਪਾਤਸ਼ਾਹ ਨਾਲ। ਹਾਂਜੀ, ਇਮ ਕਹਿ ਕਰ ਬਹੁ ਭਾਂਤਨ ਤਿਆਰਾ। ਮਹਾਰਾਜ ਨੇ ਕਿਹਾ ਠੀਕ ਹੈ, ਆਗਿਆ ਦੇ ਤੀ। ਮਹਾਰਾਜ ਕਹਿੰਦੇ ਠੀਕ ਹੈ, ਪ੍ਰਸ਼ਾਦਾ ਛਕਾਂਗੇ। ਅਤੇ ਆਗਿਆ ਲੈ ਕੇ ਬੜੇ ਤਰੀਕਿਆਂ ਦਾ ਪ੍ਰਸ਼ਾਦਾ, ਬੜੇ ਤਰ੍ਹਾਂ ਦੇ ਸਬਜ਼ੇ ਭਾਜੇ ਕਈ ਕੁਝ ਉਹਨੇ ਤਿਆਰ ਕਰਵਾਇਆ ਡੱਲੇ ਨੇ ਜੀ। ਹਾਂਜੀ, ਕਰਵਾਇਸ ਬਰ ਸਵਾਦ ਆਹਾਰਾ। ਔਰ ਬੜਾ ਸਵਾਦ, ਇਸ ਗੱਲ ਦਾ ਵੀ ਧਿਆਨ ਰੱਖਿਆ ਵੀ ਭੋਜਨ ਪ੍ਰਸ਼ਾਦਾ ਸਵਾਦ ਵੀ ਹੋਣਾ ਚਾਹੀਦਾ ਹੈ ਜੀ। ਖਾਨਾ ਪੂਰਤੀ ਨਹੀਂ ਹੋਣੀਆਂ ਚਾਹੀਦੀਆਂ ਵੀ ਅੱਠ ਸਬਜ਼ੀਆਂ ਬਣਾਈਆਂ ਜੀ, ਅਤੇ ਛਕਣ ਵਾਲੀ ਕੋਈ ਵੀ ਨਾ ਹੋਵੇ ਜੀ, ਗੱਜ ਕੇ ਆਖੋ। ਛਕਣ ਨੂੰ ਕਿਸੇ ਨੂੰ ਵੀ ਨਾ ਜੀ ਕਰੇ ਜੀ। ਹਾਂਜੀ, ਰੂਪ ਰੰਗ ਹੀ ਐਸੇ ਹੋਣ ਜੀ। ਬੜਾ ਸਵਾਦ ਪ੍ਰਸ਼ਾਦਾ ਮਹਾਰਾਜ ਜੀ ਵਾਸਤੇ ਤਿਆਰ ਕਰਾਇਆ ਜੀ। ਹਾਂਜੀ, ਮਧੁਰ ਸਨਿਗਧ ਪ੍ਰੇਮ ਤੇ ਕਰਿਓ। ਮਿੱਠੇ ਪ੍ਰਸ਼ਾਦ ਅਤੇ ਸਨਿਗਧ ਕਹਿੰਦੇ ਘਿਓ ਵਾਲਿਆਂ ਨੂੰ ਜੀ, ਘਿਓ ਵਾਲੇ ਮਿੱਠੇ ਹੋਰ ਬੜੇ ਤਰ੍ਹਾਂ ਦੇ ਪਦਾਰਥ ਡੱਲੇ ਚੌਧਰੀ ਨੇ ਤਿਆਰ ਕਰਵਾਏ। ਹਾਂਜੀ, ਬ੍ਰਿੰਦ ਨਰਨ ਮਿਲ ਤਿਆਰ ਸੁਤਰਿਓ। ਅਤੇ ਕਈ ਮਨੁੱਖਾਂ ਨੂੰ ਨਾਲ ਲਾਇਆ ਜੀ, ਕਈ ਮਨੁੱਖਾਂ ਨੂੰ ਨਾਲ ਲਾਇਆ,
ਅਤੇ ਛੇਤੀ ਛੇਤੀ ਬੜੀ ਭਾਵਨਾ ਦੇ ਨਾਲ ਬੜਾ ਸਵਾਦੀ ਪ੍ਰਸ਼ਾਦਾ ਤਿਆਰ ਕਰਵਾਇਆ ਜੀ। ਹਾਂਜੀ, ਬਿਨਾਂ ਬਖਾਨ ਗਇਓ ਲੈ ਅੰਤਰ। ਫਿਰ ਤੰਬੂ ਵਿੱਚ ਆਇਆ ਡੱਲਾ ਚੌਧਰੀ, ਮਹਾਰਾਜ ਹੁਣ ਕਰੋ ਕਿਰਪਾ, ਅੱਜ ਮਹਾਰਾਜ ਘਰ ਵਿੱਚ ਚਰਨ ਪਾਓ। ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਸਤਰ ਸਜਾਏ, ਕਮਰ ਕਸਾ ਕੀਤਾ, ਤਿਆਰੀ ਕੀਤੀ, ਅਤੇ ਮਹਾਰਾਜ ਸੱਚੇ ਪਾਤਸ਼ਾਹ ਡੱਲੇ ਦੇ ਕਿਲੇ ਵਿੱਚ ਗਏ ਪ੍ਰਸ਼ਾਦਾ ਛਕਣ ਵਾਸਤੇ। ਹਾਂਜੀ, ਪੰਗਤ ਗਨ ਬੈਠਾਏ ਨਿਰੰਤਰ, ਸਾਰੇ ਗੁਰੂ ਕੇ ਸਿੰਘ ਪੰਗਤ ਵਿੱਚ ਬਿਠਾਏ ਜੀ। ਐਂ ਸਾਵਧਾਨ ਕਰਕੇ ਪੰਗਤਾਂ ਵਿੱਚ ਗੁਰੂ ਕੇ ਸਿੰਘਾਂ ਨੂੰ ਬਿਠਾਇਆ। ਹਾਂਜੀ, ਸਤਿਗੁਰ ਹਿਤ ਚੌਂਕੀ ਡਸਵਾਈ, ਮਹਾਰਾਜ ਦਸਵੇਂ ਪਾਤਸ਼ਾਹ ਜੀ ਵਾਸਤੇ ਸੋਹਣਾ ਆਸਣ ਤਿਆਰ ਕੀਤਾ ਜੀ। ਉਹਨੇ ਇੱਕ ਚੌਂਕੀ ਬੜੀ ਵਧੀਆ ਬਣਵਾਈ ਸੀਗੀ ਗੁਰੂ ਸਾਹਿਬ ਵਾਸਤੇ, ਉਹ ਡਵਾਈ ਮਹਾਰਾਜ ਜੀ ਵਾਸਤੇ, ਗੁਰੂ ਸਾਹਿਬ ਜੀ ਦੇ ਆਸਣ ਵਾਸਤੇ। ਹਾਂਜੀ, ਸਵੇਤ ਸੁਜਨ ਤੇ ਉੱਪਰ ਛਾਈ, ਉਹਦੇ ਉੱਤੇ ਸਾਧ ਸੰਗਤ ਜੀ ਇਹਨੇ ਚਿੱਟੇ ਰੰਗ ਦਾ ਬਸਤਰ ਵਿਛਾਇਆ। ਵਿਛਾਈ ਦਾ ਬੜਾ ਧਿਆਨ ਰੱਖਣਾ ਚਾਹੀਦਾ, ਕੈਸੀ ਵਿਛਾਈ ਰੱਖਣੀ ਹੈ, ਚਿੱਟੇ ਰੰਗ ਦਾ ਬਸਤਰ ਵਿਛਾਇਆ ਜੀ ਮਹਾਰਾਜ ਜੀ ਦੀ ਚੌਂਕੀ ਸਾਹਿਬ ਉੱਤੇ। ਹਾਂਜੀ, ਸਭ ਕੇ ਬੀਚ ਥਿਰੇ ਗੁਸਾਈ, ਤੇ ਆਸੇ ਪਾਸੇ ਸਿੰਘਾਂ ਦੀ ਪੰਗਤ ਤੇ ਵਿਚਕਾਰ, ਸਾਰੇ ਸਿੰਘਾਂ ਦੇ ਵਿਚਕਾਰ ਦਸਵੇਂ ਪਾਤਸ਼ਾਹ ਮਹਾਰਾਜ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਸਣ ਲਾਇਆ ਜੀ। ਸਾਰੇ ਸਿੰਘ ਆਸੇ ਪਾਸੇ ਪੰਗਤ ਲਾ ਕੇ ਬੈਠ ਗਏ ਹੈ, ਅਤੇ ਵਿਚਕਾਰ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬੈਠੇ ਹੈ। ਹਾਂਜੀ, ਜੁਗ ਮਾਤਨ ਘਰ ਵਿਖੇ ਬਿਠਾਈ, ਤੇ ਦੋਵੇਂ ਹੀ ਮਾਤਾਵਾਂ, ਧੰਨ ਮਾਤਾ ਜੀ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਦੇਵਾ ਕੌਰ ਜੀ, ਸਾਧ ਸੰਗਤ ਜੀ, ਉਹਨਾਂ ਨੂੰ ਇੱਕ ਪਾਸੇ ਲਾਗੇ ਕਮਰੇ ਵਿੱਚ ਉਹਨਾਂ ਦਾ ਪ੍ਰਸ਼ਾਦਾ ਸੀਗਾ ਜਿਹੜਾ, ਉਹਨਾਂ ਦੇ ਉੱਥੇ ਆਸਣ ਲਵਾਏ ਹੈ। ਹਾਂਜੀ, ਸਹਿਤ ਬਿਰਾੜ ਸਿੰਘ ਬੈਠਾਏ, ਤੇ ਬਰਾੜ ਵੀ ਬੜੇ ਬੈਠੇ ਹੈ। ਇਹ ਭਾਵੇਂ ਤਨਖਾਹ ਲੈਂਦੇ ਹੁੰਦੇ ਸੀ, ਗੁਰੂ ਸਾਹਿਬ ਤੋਂ ਬਾਗੀ ਰਹਿੰਦੇ ਹੁੰਦੇ ਸੀਗੇ, ਫਿਰ ਵੀ ਮਹਾਰਾਜ ਇਹਨਾਂ ਦਾ ਪਿਆਰ ਇਹਨਾਂ ਨਾਲ ਕਰਦੇ ਹੁੰਦੇ ਸੀਗੇ, ਅਤੇ ਬਰਾੜਾਂ ਨੂੰ ਵੀ ਬੁਲਾਇਆ ਪ੍ਰਸ਼ਾਦੇ 'ਤੇ। ਹਾਂਜੀ, ਸਭ ਕੇ ਹਿੱਤ ਆਹਾਰ ਗਨ ਲਿਆਏ, ਅਤੇ ਬੜੇ ਮਨੁੱਖ ਵਰਤਾਵੇ ਲੱਗੇ, ਡੱਲੇ ਨੇ ਬੜੇ ਚਾਈ ਚਾਈ ਸਾਰੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ ਜੀ। ਹਾਂਜੀ, ਭਲੀ ਰੀਤ 'ਤੇ ਪਰੋਸਣ ਲੱਗੇ, ਫਿਰ ਪਰੋਸਣ ਦਾ ਵੀ ਬੜੀ ਮਰਜ਼ਾਦਾ ਹੋਣੀ ਚਾਹੀਦੀ ਹੈ। ਗੱਜ ਕੇ ਆਖੋ ਇਹ ਗੁਰੂ ਸਾਹਿਬ ਕਿਰਪਾ ਕਰਨ, ਮਹੀਨੇ ਕੁ ਬਾਅਦ ਇਹੋ ਜਿਹੀ ਕਥਾ ਆਉਂਦੀ ਰਹੇ ਤਾਂ ਬਾਬਾ ਬੈਟਰੀ ਜੀ ਚਾਰਜ ਦਿੰਦੀ ਹੈ ਬੰਦੇ ਦੀ, ਵੀ ਸੇਵਾ ਕਿਵੇਂ ਕਰਨੀ ਹੈ। ਭਲੀ ਰੀਤ ਕਰ ਪਰੋਸਣ ਲੱਗੇ, ਬੜੇ ਵਧੀਆ ਤਰੀਕੇ ਦੇ ਨਾਲ ਪੰਗਤਾਂ ਵਿੱਚ ਪ੍ਰਸ਼ਾਦਾ ਵਰਤਾਉਣ ਲੱਗ ਪਏ ਸਿੰਘ ਜੀ, ਬੜੇ ਵਧੀਆ ਤਰੀਕੇ ਦੇ ਨਾਲ ਜੀ। ਹਾਂਜੀ, ਥਾਲ ਵਿਸਾਲ ਕਿਰਪਾਲ ਸੁਹਾਗੇ, ਤੇ ਕਿਰਪਾਲੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵਾਸਤੇ ਵੱਡਾ ਥਾਲਾ ਲੈ ਕੇ ਆਉਂਦਾ ਜੀ। ਅੱਜ ਕੇ ਆਖੋ ਵੱਡਾ ਥਾਲਾ, ਉਹਦੇ ਵਿੱਚ ਕੌਲੀਆਂ ਸਜਾਈਆਂ, ਅਤੇ ਉਹਨਾਂ ਦੇ ਵਿੱਚ ਪ੍ਰਸ਼ਾਦਾ ਪਾਇਆ, ਸਜਾਇਆ ਥਾਲਾ, ਅਤੇ ਵੱਡਾ ਥਾਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਰੱਖਿਆ ਜੀ। ਹੁਣ ਇੱਕ ਗੱਲ ਸੋਚੋ ਜੀ, ਪ੍ਰਸ਼ਾਦਾ ਤਾਂ ਉਹੋ ਹੀ ਹੈ, ਪਰ ਜਦੋਂ ਹੋਟਲਾਂ 'ਚ ਖਾਂਦੇ ਤਾਂ ਪੈਸੇ ਦੇ ਕੇ ਆਉਂਦੇ ਹਾਂ ਜੀ, ਅਤੇ ਵੇਖੋ ਸਜਾਵਟ ਕਿੰਨੀ ਕੀਤੀ ਹੁੰਦੀ ਜੀ ਉਹਨਾਂ ਨੇ। ਹਾਂਜੀ, ਥਾਲਾ ਕੌਲੀਆਂ ਸਜਾਈਆਂ ਹੁੰਦੀਆਂ ਜੀ, ਫਿਰ ਪਾਸੇ ਸਲਾਦ ਰੱਖਿਆ ਹੁੰਦਾ ਜੀ, ਹਾਂਜੀ ਸਾਈਡ 'ਤੇ ਪ੍ਰਸ਼ਾਦੇ ਰੱਖੇ ਹੁੰਦੇ ਆ ਜੀ, ਕਿਵੇਂ ਉਹਨਾਂ ਸਜਾਵਟ ਕੀਤੀ ਹੁੰਦੀ ਹੈ, ਅਤੇ ਬੰਦਾ ਵੇਖ ਕੇ ਕਿੰਨਾ ਖੁਸ਼ ਹੁੰਦਾ। ਹਾਂਜੀ, ਬੰਦਾ ਵੇਖ ਕੇ ਖੁਸ਼ ਹੁੰਦਾ ਵੀ ਵੇਖੋ ਕਿੱਡਾ ਸੋਹਣਾ ਤਰੀਕਾ ਜੀ। ਅਤੇ ਜੇ ਇਸੇ ਤਰੀਕੇ ਦੇ ਨਾਲ ਸਿੱਖ ਗੁਰੂ ਸਾਹਿਬ ਵਾਸਤੇ ਪ੍ਰਸ਼ਾਦੇ ਦਾ ਥਾਲਾ ਤਿਆਰ ਕਰਕੇ ਲੈ ਕੇ ਆਉਣ, ਤਾਂ ਮਹਾਰਾਜ ਨਹੀਂ ਖੁਸ਼ ਹੋਣਗੇ ਜੀ, ਫਿਰ ਮਹਾਰਾਜ ਵੀ ਖੁਸ਼ ਹੁੰਦੇ ਆ। ਗੱਜ ਕੇ ਆਖੋ ਥਾਲ ਵਿਸਾਲ ਕਿਰਪਾਲ ਲਿਆਏ, ਕਿਰਪਾਲੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਵੱਡਾ ਥਾਲਾ, ਵਿੱਚ ਕੌਲੀਆਂ ਸਜਾਈਆਂ, ਉਹਨਾਂ ਵਿੱਚ ਸਬਜ਼ੀਆਂ ਪਾਈਆਂ, ਸਜਾ ਕੇ ਮਹਾਰਾਜ ਜੀ ਦੇ ਸਾਹਮਣੇ ਡੱਲਾ ਲੈ ਕੇ ਆਇਆ ਜੀ। ਹਾਂਜੀ, ਤਿੰਮ ਅੰਤਰ ਜੁਗ ਥਾਲ ਪਹੁੰਚਾਏ, ਉਸੇ ਤਰ੍ਹਾਂ ਹੀ ਦੋ ਥਾਲੇ ਮਾਤਾ ਸੁੰਦਰੀ ਜੀ ਵਾਸਤੇ ਅਤੇ ਮਾਤਾ ਸਾਹਿਬ ਦੇਵਾਂ ਜੀ ਵਾਸਤੇ, ਸਾਧ ਸੰਗਤ ਜੀ ਉਹਨਾਂ ਵਾਸਤੇ ਦੋ ਥਾਲੇ ਸਜਾ ਕੇ ਭੇਜੇ ਜੀ ਅੰਦਰ। ਹਾਂਜੀ, ਦਾਸੀ ਬ੍ਰਿੰਦਨ ਲੈ ਕਰ ਖਾਏ, ਹੋਰ ਦਾਸੀਆਂ ਵੀ ਨਾਲ ਸਨ, ਉਹਨਾਂ ਵਾਸਤੇ ਵੀ ਥਾਲੇ ਪੰਗਤ ਲਵਾਈ ਜੀ। ਹਾਂਜੀ, ਯਥਾ ਯੋਗ ਸਭ ਕੋ ਤ੍ਰਿਪਤਾਇਓ, ਤੇ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ, ਤੇ ਕਈ ਦਿਨ ਹੋ ਗਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਇਆ,
ਪਰ ਗੁਰੂ ਸਾਹਿਬ ਪਹਿਲੇ ਦਿਨ ਡੱਲੇ ਦੇ ਘਰ ਆਏ ਜੀ, ਗੱਜ ਕੇ ਆਖੋ। ਪਹਿਲੇ ਦਿਨ ਡੱਲੇ ਦੇ ਘਰ ਗਏ ਅਤੇ ਥਾਲਾ ਤਿਆਰ ਮਹਾਰਾਜ ਜੀ ਦੇ ਵਾਸਤੇ ਸੀ। ਬੜੇ ਪ੍ਰਸੰਨ ਹੋ ਕੇ ਧੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਡੱਲੇ ਦੇ ਘਰੋਂ ਫਿਰ ਪ੍ਰਸ਼ਾਦਾ ਛਕਿਆ ਜੀ। ਸਾਰੇ ਸਿੰਘਾਂ ਨੇ ਰੱਜ ਰੱਜ ਕੇ ਪ੍ਰਸ਼ਾਦਾ ਛਕਿਆ। ਖਰੇ ਹੋਏ ਕਰ ਚੁਰਾ ਪਠਾਇਓ, ਤੇ ਫਿਰ ਸਾਰੇ ਸਿੰਘ ਖਲੋਤੇ ਆ, ਹੱਥ ਸੁੱਚੇ ਕੀਤੇ ਆ, ਚੁੜੀਆਂ ਕੀਤੀਆਂ ਸਭ ਨੇ। ਹਾਂਜੀ, ਇੱਕ ਤੁਰੰਗ ਬਹੁਮੋਲ ਦੁਸ਼ਾਲਾ, ਗੁਰੂ ਸਾਹਿਬ ਜੀ ਮਹਾਰਾਜ ਜੀ ਵਾਸਤੇ ਵੀ ਸਾਰਾ ਪ੍ਰਬੰਧ, ਹੱਥ ਸੁੱਚੇ ਕੀਤੇ। ਫਿਰ ਡੱਲੇ ਦੇ ਘਰ ਵਿੱਚ ਮਹਾਰਾਜ ਬੈਠ ਗਏ ਸੱਚੇ ਪਾਤਸ਼ਾਹ ਕੁਝ ਸਮੇਂ ਵਾਸਤੇ। ਹੁਣ ਉਸੇ ਵੇਲੇ ਤਾਂ ਚੱਲਣਾ ਨਹੀਂ ਸੀਗਾ, ਅਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਬੈਠੇ ਹੈ, ਅਤੇ ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਇੱਕ ਤੁਰੰਗ ਬਹੁਮੋਲ ਦੁਸ਼ਾਲਾ, ਇੱਕ ਵਧੀਆ ਘੋੜਾ ਅਤੇ ਇੱਕ ਬਹੁਤ ਕੀਮਤੀ ਬੜਾ ਮਹਿੰਗਾ ਦੁਸ਼ਾਲਾ। ਹਾਂਜੀ, ਭੇਟ ਰਜਤ ਪਣ ਛੱਤ ਤਿਸ ਕਾਲਾ, ਅਤੇ 100 ਚਾਂਦੀ ਦੇ ਸਿੱਕੇ ਇਹ ਡੱਲੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਕੀਤੇ ਜੀ। ਇੱਕ ਵਧੀਆ ਦੁਸ਼ਾਲਾ, 100 ਚਾਂਦੀ ਦੇ ਸਿੱਕੇ ਅਤੇ ਇੱਕ ਵਧੀਆ ਘੋੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਘਰ ਵਿੱਚ ਆਉਣ 'ਤੇ ਭੇਟਾ ਕੀਤੇ ਜੀ। ਹਾਂਜੀ, ਦੇ ਕਰ ਪ੍ਰਭ ਕੋ ਗਰੀਬ ਨਿਵਾਈ, ਅਤੇ ਦੇ ਕੇ ਅਤੇ ਵੇਖ ਲਓ ਮਰਜ਼ਾਦਾ ਸਿੱਖਣੀ ਹੈ ਸਾਰੀ, ਗੱਜ ਕੇ ਆਖੋ। ਰੁਮਾਲਾ ਸਾਹਿਬ ਰੱਖਦਾ ਜੀ ਭਾਈ ਜੀ, ਅਤੇ ਨਾ ਕੋਈ ਮਰਜ਼ਾਦਾ ਜੀ, ਉਵੇਂ ਹੀ ਲਿਫਾਫੇ ਦੇ ਵਿੱਚੋਂ, ਉਹ ਲਿਫਾਫੇ 'ਚੋਂ ਕੱਢਦੇ ਵੀ ਨਹੀਂ ਹੈ, ਉਵੇਂ ਭਾਈ ਨੂੰ ਫੜਾ ਦਿੰਦੇ ਹੈ ਵੀ ਲੈ। ਅਤੇ ਪੁਰਾਣੇ ਕਿਤੇ ਬਜ਼ੁਰਗਾਂ ਨੂੰ ਵੇਖੋ ਰੁਮਾਲਾ ਸਾਹਿਬ ਕਿਵੇਂ ਲਿਆਉਂਦੇ ਹੁੰਦੇ ਸੀਗੇ। ਹਾਂਜੀ, ਉਹਨਾਂ ਨੇ ਰੁਮਾਲਾ ਸਾਹਿਬ ਲਿਆਉਣਾ ਥਾਲ ਵਿੱਚ ਰੱਖ ਕੇ ਜੀ, ਅਤੇ ਕੱਢ ਕੇ ਲਿਆਉਣਾ, ਅਤੇ ਮਹਾਰਾਜ ਜੀ ਦੇ ਅੱਗੇ ਰੱਖ ਕੇ ਫਿਰ ਮੱਥਾ ਟੇਕਣਾ, ਗੱਜ ਕੇ ਆਖੋ। ਹਾਂਜੀ, ਅਤੇ ਹੁਣ ਅਤੇ ਰੱਖ ਕੇ ਉਹ ਵਿੱਚ ਹੀ ਮਾਇਆ, ਸਾਧ ਸੰਗਤ ਜੀ ਇਹਦਾ ਵੀ ਧਿਆਨ ਰੱਖਿਆ ਕਰੋ, ਜਿਹੜੀ ਮਾਇਆ ਇਹ ਆਪਾਂ ਵਰਤਣੀ ਹੈ, ਲੋੜ ਹੈ, ਸਭ ਨੂੰ ਲੋੜ ਹੈ, ਪਰ ਇਹਨੂੰ ਜੂਠੇ ਮਿੱਠੇ ਬੜੇ ਹੱਥ ਲੱਗੇ ਹੁੰਦੇ ਆ। ਉਹ ਰੁਮਾਲਾ ਅਸੀਂ ਗੁਰੂ ਸਾਹਿਬ ਨੂੰ ਚੜਾਉਣਾ ਅਤੇ ਉਹ ਲਿਫਾਫੇ ਦੇ ਵਿੱਚ ਤੁੰਨ ਤੁੰਨ ਕੇ ਪਾਏ ਹੁੰਦੇ ਆ। ਹਾਂਜੀ, ਉਹ ਵੱਖਰੇ ਭੇਟਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਅਤੇ ਗੁਰੂ ਸਾਹਿਬ ਮਹਾਰਾਜ ਜੀ ਨੂੰ ਭੇਟਾ ਕਰਕੇ ਨਾ ਜੀ ਸਾਰਾ ਕੁਝ, ਅਤੇ ਡੱਲੇ ਨੇ ਸਿਰ ਨਵਾਇਆ ਜੀ, ਆਪਾਂ ਵੀ ਨਵਾਈਏ ਆਖੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਡੱਲੇ ਨੇ ਫਿਰ ਸਿਰ ਨਵਾਇਆ ਗੁਰੂ ਸਾਹਿਬ ਜੀ ਨੂੰ। ਹਾਂਜੀ, ਦੇ ਕਰ ਪ੍ਰਭ ਕੋ ਗਰੀਬ ਨਿਵਾਈ, ਖੁਸ਼ੀ ਲੀਨ ਆਨੰਦ ਮਨ ਪਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਡੱਲੇ ਅਸੀਂ ਤੇਰੇ 'ਤੇ ਪ੍ਰਸੰਨ ਹਾਂ, ਅਸੀਂ ਤੇਰੇ 'ਤੇ ਖੁਸ਼ ਹਾਂ। ਹਾਂਜੀ, ਤਵੈ ਮਾਤਾ ਕੋ ਤੇਵਰ ਦੋਏ, ਮਾਤਾਵਾਂ ਨੂੰ ਵੀ ਫਿਰ ਬਸਤਰ ਭੇਟਾ ਕੀਤੇ ਜੀ ਇਹਨੇ ਡੱਲੇ ਨੇ। ਹਾਂਜੀ, ਬਣੇ ਬਹੁਤ ਧਨ ਲਾਗੇ ਜੋਏ, ਤੇ ਸਾਧ ਸੰਗਤ ਜੀ ਬਸਤਰ ਜਿਹੜੇ ਭੇਟਾ ਕੀਤੇ ਬੜੇ ਕੀਮਤੀ ਭੇਟਾ ਕੀਤੇ ਜੀ। ਹਾਂਜੀ, ਦੀਏ 50 ਰਜਤ ਪਣ ਤਬੈ, ਤੇ ਫਿਰ 50 ਸਿੱਕੇ ਮਾਤਾ ਸੁੰਦਰੀ ਜੀ ਨੂੰ, 50 ਸਿੱਕੇ ਮਾਤਾ ਸਾਹਿਬ ਦੇਵਾਂ ਜੀ ਨੂੰ ਸਾਧ ਸੰਗਤ ਜੀ ਭੇਟਾ ਕੀਤੇ, ਮੱਥਾ ਟੇਕਿਆ। ਹਾਂਜੀ, ਪ੍ਰਸੰਨ ਅਚਵ ਕਰ ਸਭੈ, ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਸਾਹਿਬ ਸਿੰਘ ਮਾਤਾਵਾਂ ਸਾਰੇ ਪ੍ਰਸ਼ਾਦਾ ਛਕ ਕੇ ਬੜੇ ਪ੍ਰਸੰਨ ਹੋਏ ਜੀ। ਦਵੈ ਮਾਤਾ ਕੋ ਤੇਵਰ ਦੋਏ, ਬਣੇ ਬਹੁਤ ਧਨ ਲਾਗੇ ਜੋਏ, ਦੀਏ 50 ਰਜਤ ਬਣ ਤਬੈ, ਭਏ ਪ੍ਰਸੰਨ ਅਚਵ ਕਰ ਸਭੈ, ਤੇ ਸਾਰੇ ਪ੍ਰਸੰਨ ਹੋਏ ਜੀ, ਰਜ ਸਾਰਿਆਂ ਨੇ ਪ੍ਰਸ਼ਾਦਾ ਛਕਿਆ, ਸਾਰੇ ਆਨੰਦ ਵਿੱਚ ਹੋਏ ਜੀ। ਹਾਂਜੀ, ਉਹ ਸਤਿਗੁਰ ਪਹੁੰਚੇ ਨਿਜ ਡੇਰੇ, ਸਿੰਘ ਵਿਰਾੜ ਸਕਲ ਤੇ ਸਵੇਰੇ, ਫਿਰ ਸੱਚੇ ਪਾਤਸ਼ਾਹ ਉੱਠ ਕੇ ਅੱਗੇ ਚਲੇ ਗਏ ਜਿੱਥੇ ਆਸਣ ਸੀਗਾ, ਸਿੰਘ ਆਪੋ ਆਪਣੀਆਂ ਥਾਵਾਂ ਤੇ, ਵਿਰਾੜ ਆਪੋ ਆਪਣੇ ਪੈਰਿਆਂ ਤੇ ਜਾ ਕੇ ਖਲੋ। ਹਾਂਜੀ, ਡੱਲੇ ਕਹੋ ਬਹੁ ਭਾਂਤ ਸਰਾਹਾ, ਇਹ ਇੱਥੋਂ ਵਾਸਤੇ ਨਹੀਂ ਮੈਂ ਬੇਨਤੀ ਕਰਨ ਡਿਆ, ਇਹ ਕਿਉਂਕਿ ਕਥਾ ਦੇਸ਼ਾਂ ਵਿਦੇਸ਼ਾਂ ਵਿੱਚ ਜਾਣੀ, ਬੜੀ ਦੂਰ ਦੂਰ ਗੁਰੂ ਕੀ ਕਥਾ ਜਾਣੀ ਹੈ, ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਵੀ ਭਾਈ ਸਾਹਿਬ ਨੂੰ ਪੁੱਛ ਲਿਆ ਕਰੋ, ਗ੍ਰੰਥੀ ਸਿੰਘ ਨੂੰ ਪੁੱਛ ਲਿਆ ਕਰੋ ਵੀ ਕਿਸ ਚੀਜ਼ ਦੀ ਜ਼ਰੂਰਤ ਹੈ। ਪਿੰਡਾਂ ਦੇ ਵਿੱਚ ਰੁਮਾਲਾ ਸਾਹਿਬਾਂ ਦੇ ਤਾਂ ਢੇਰ ਲੱਗੇ ਹੁੰਦੇ ਜੀ, ਅਤੇ ਜਦੋਂ ਚੌਰ ਸਾਹਿਬ ਦੇ ਦਰਸ਼ਨ ਕਰੀਏ ਨਾ ਜੀ, ਅਤੇ ਕੁਛ ਵੀ ਨਹੀਂ ਹੁੰਦਾ ਜੀ ਪੱਲੇ ਜੀ। ਹਾਂਜੀ, ਉੱਥੇ ਚੌਰ ਸਾਹਿਬ ਭੇਟਾ ਕਰਨ ਵਾਲਾ, ਉੱਥੇ ਵਿਛਾਈ ਭੇਟਾ ਕਰਨ ਵਾਲਾ, ਦਰੀਆਂ ਫਾਟੀਆਂ ਹੁੰਦੀਆਂ ਜੀ ਗੁਰਦੁਆਰੇ ਦੀਆਂ ਜੀ,
ਜਿੱਥੇ ਸੰਗਤ ਨੇ ਬੈਠਣਾ ਹੁੰਦਾ ਜੀ। ਹੋਰ ਕੁਝ ਵੇਖੋ ਕਿਸ ਚੀਜ਼ ਦੀ ਜ਼ਰੂਰਤ ਹੈ। ਰੁਮਾਲਾ ਸਾਹਿਬ ਦੇ ਤਾਂ ਅੱਗੇ ਬੜੇ ਬੜੇ ਢੇਰ ਲੱਗੇ, ਤੇ ਜੇ ਨਹੀਂ ਤੇ ਇੱਕ ਹੋਰ ਕੰਮ ਕਰ ਲਓ, ਗੱਜ ਕੇ ਆਖੋ ਸੁੱਚਾ ਬਸਤਰ ਲਿਆਓ, ਇੱਕ ਵਾਰ ਉਹ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਗਾਂ ਨਾਲ ਛੁਆ ਦਿਓ, ਅਤੇ ਸਾਧ ਸੰਗਤ ਜੀ ਬਾਅਦ ਚੋਂ ਕਿਸੇ ਲੋੜਵੰਦ ਨੂੰ ਦੇ ਦਿਓ, ਨਾਲੇ ਉਹ ਪਾਊਗਾ, ਨਾਲੇ ਤੁਹਾਨੂੰ ਯਾਦ ਕਰੂ, ਨਾਲੇ ਅਸੀਸਾਂ ਦਊਗਾ ਜੀ। ਹਾਂਜੀ, ਸਾਡੇ ਕੋਲ ਤੇ ਸਟੋਰ 'ਚ ਵੇਖ ਲਿਓ ਬੜੇ ਬੜੇ ਮਹਿੰਗੇ ਰੁਮਾਲੇ ਉਵੇਂ ਹੀ ਪਏ ਆ ਸਾਧ ਸੰਗਤ ਜੀ, ਉਵੇਂ ਪਏ, ਸਾਂਭਣ ਦੀ ਥਾਂ ਨਹੀਂ ਹੈਗੀ ਜੀ, ਕਿੱਥੇ ਸਾਂਭੀਏ। ਇਹਨਾਂ ਗੱਲਾਂ ਦਾ ਧਿਆਨ ਰੱਖਣਾ, ਉਹ ਵਸਤੂ ਭੇਟਾ ਕਰਨੀ ਹੈ, ਕਿਉਂਕਿ ਗੱਲ ਭੇਟਾ ਦੀ ਆ ਰਹੀ ਹੈ ਤਾਂ ਬੇਨਤੀ ਕਰਨ ਲੱਗਾ। ਉਹ ਵਸਤੂ ਭੇਟਾ ਕਰਨੀ ਹੈ ਜਿਹਦੀ ਬਹੁਤ ਜ਼ਰੂਰਤ ਹੈ। ਸੁੱਖ ਆਸਣ ਜਿਹਨਾਂ ਵਸਤਰਾਂ ਵਿੱਚ ਕਰਨਾ ਹੁੰਦਾ, ਇੱਥੇ ਤਾਂ ਮਹਾਰਾਜ ਦੀ ਮਿਹਰ ਹੈ, ਹੋਰ ਥਾਵਾਂ 'ਤੇ ਜਾ ਕੇ ਵੇਖੀਦਾ, ਜਿਹਨਾਂ ਚਿੱਟੇ ਵਸਤਰਾਂ ਵਿੱਚ ਸੁੱਖ ਆਸਣ ਕਰਨੇ ਹੁੰਦਾ ਨਾ ਜੀ ਮਹਾਰਾਜ ਦੀ ਸੇਵਾ ਸਰੂਪ ਸਾਹਿਬ ਜੀ ਦੀ, ਨਾ ਉਹ ਵਸਤਰ ਸਾਫ਼ ਸੁਥਰੇ ਜੀ, ਨਾ ਉਹ ਸਹੀ ਢੰਗ ਨਾਲ ਬਣੇ ਹੋਏ ਜੀ, ਹੋਰ ਹੀ ਤਰ੍ਹਾਂ ਦੀ ਉਹਨਾਂ ਦੀ ਬਣਤਰ ਹੁੰਦੀ ਹੈ, ਹੋਰ ਹੀ ਤਰ੍ਹਾਂ ਦੀ ਉਹਨਾਂ ਦੀ ਬਣਤਰ। ਇਸ ਕਰਕੇ ਇਹ ਸਾਰੀਆਂ ਗੱਲਾਂ ਦਾ ਬਹੁਤਾ ਧਿਆਨ ਰੱਖਣਾ, ਬਹੁਤਾ ਧਿਆਨ ਜੀ। ਹਾਂਜੀ, ਸੇਵ ਗੁਰੂ ਕੀ ਕਰਨ ਉਮਾਹਾ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਾਲ ਡੱਲੇ ਕੋ ਬਹੁ ਭਾਂਤ ਸਰਾਹਾ। ਮਹਾਰਾਜ ਕਹਿੰਦੇ ਡੱਲੇ ਤੂੰ ਬੜੀ ਸੇਵਾ ਕੀਤੀ, ਮਹਾਰਾਜ ਡੱਲੇ ਤੇ ਬੜੇ ਖੁਸ਼। ਹਾਂਜੀ, ਦੋਹਰਾ ਇਸੇ ਰੀਤ ਪ੍ਰਭ ਜੀ ਬਸੇ ਲਰਨ ਹੰਗਾਮਾ ਛੋਰ, ਤੇ ਸੱਚੇ ਪਾਤਸ਼ਾਹ ਨੇ ਡੱਲੇ ਦੀ ਸੇਵਾ ਤੇ ਪ੍ਰਸੰਨ ਹੋ ਕੇ ਉਹਨੂੰ ਬਚਨ ਵੀ ਕਹੇ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਜੰਗ ਯੁੱਧ ਦੀ ਕਿਰਿਆ ਛੱਡ ਕੇ, ਹਾਂਜੀ, ਕਮਰ ਕੱਸਾ ਖੋਲਿਓ ਥਿਰੇ ਸੁਖ ਕੋ ਲਹਿ ਸਭ ਹੋਰ, ਤੇ ਕਮਰ ਕੱਸਾ ਖੋਲ ਲਿਆ ਮਹਾਰਾਜ ਨੇ। ਜੰਗਾਂ ਯੁੱਧਾਂ ਦਾ ਜਿਹੜਾ ਕਮਰ ਕੱਸਾ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਖੋਲ ਲਿਆ, ਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਵੈਸੇ ਹੀ ਵਿਚਰਨਾ ਸੰਗਤਾਂ 'ਚ ਭਲਾ ਕਰਨਾ ਹੈ। ਹਾਂਜੀ, ਸੋ ਭਈ ਨਾਮ ਦਮ ਦਮਾ ਤਿਸ ਕੋ ਧਰਿਓ, ਤੇ ਸਾਧ ਸੰਗਤ ਜੀ ਉਹ ਫਿਰ ਮਹਾਰਾਜ ਜੀ ਦੇ ਅਸਥਾਨ ਦਾ ਕੀ ਨਾਮ ਹੋ ਗਿਆ ਜੀ, ਦਮਦਮਾ ਸਾਹਿਬ, ਜਿਹੜਾ ਅੱਜ ਤਖਤ ਹੈ ਉਸ ਅਸਥਾਨ ਨੂੰ ਸਾਰੇ ਦਮਦਮਾ ਸਾਹਿਬ ਕਹਿਣ ਲੱਗ ਪਏ ਜੀ। ਹਾਂਜੀ, ਭਏ ਨਿਸ਼ਚਿੰਤ ਰਿਪੁਨ ਬਲ ਹਰਿਓ, ਤੇ ਮਹਾਰਾਜ ਨਿਸ਼ਚਿੰਤ ਹੋ ਗਏ, ਦੁਸ਼ਟਾਂ ਵੈਰੀਆਂ ਬਹੁਤਿਆਂ ਦਾ ਨਾਸ ਕੀਤਾ, ਤੇ ਜਿਹੜਾ ਵੱਡਾ ਦੁਸ਼ਟ ਪਿਆ ਉਹਦੇ ਵਾਸਤੇ ਚਿੱਠੀ ਮਹਾਰਾਜ ਨੇ ਭੇਜੀ ਹੋਈ ਹੈ। ਹਾਂਜੀ, ਬਸਰੀ ਸੁਧ ਸਭ ਦੇਸ਼ ਵਿਦੇਸ਼, ਦੇਸ਼ਾਂ ਵਿਦੇਸ਼ਾਂ ਵਿੱਚ ਪਤਾ ਲੱਗ ਗਿਆ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਮਦਮਾ ਸਾਹਿਬ ਦੀ ਧਰਤੀ 'ਤੇ ਸੱਜੇ ਹੋਏ ਹੈ, ਬਸ ਸੰਗਤਾਂ ਨੇ ਵਹੀਰਾਂ ਘੱਤ ਲਈਆਂ ਜੀ ਉਸ ਪਾਸੇ ਨੂੰ। ਹਾਂਜੀ, ਆਵਣ ਸੰਗਤ ਲੱਗੀ ਹਮੇਸ਼, ਤੇ ਸੰਗਤਾਂ ਬਹੁਤੀ ਵੱਡੀ ਗਿਣਤੀ ਵਿੱਚ ਫਿਰ ਸਾਬੋ ਕੀ ਤਲਵੰਡੀ ਨੂੰ ਤੁਰ ਪਈਆਂ ਦਰਸ਼ਨਾਂ ਵਾਸਤੇ ਮਹਾਰਾਜ ਜੀ ਦੇ। ਹਾਂਜੀ, ਅਰਪ ਅਕੋਰਨ ਦਰਸ਼ਨ ਕਰੈ, ਨਾਲੇ ਵਸਤੂਆਂ ਭੇਟਾਵਾਂ ਕਰਦੀਆਂ ਮਹਾਰਾਜ ਅੱਗੇ, ਨਾਲੇ ਦਰਸ਼ਨ ਕਰਦੀਆਂ ਸੰਗਤਾਂ, ਸਾਰੇ ਬੜੇ ਪ੍ਰਸੰਨ ਨੇ ਗੁਰੂ ਜੀ ਦੇ ਦਰਸ਼ਨ ਕਰਕੇ। ਹਾਂਜੀ, ਮਨੋ ਕਾਮਨਾ ਤੂਰਨ ਪੁਰੈ, ਮਹਾਰਾਜ ਨੇ ਬਖਸ਼ਿਸ਼ਾਂ ਦਾ ਸਦਾਵਰਤ ਹੀ ਲਾ ਦਿੱਤਾ ਜੀ, ਜੋ ਜਿਹਦੀ ਮਨੋਕਾਮਨਾ ਮਹਾਰਾਜ ਪੂਰੀ ਕਰ ਦਿੰਦੇ ਸੱਚੇ ਪਾਤਸ਼ਾਹ। ਹਾਂਜੀ, ਲੱਗਿਆ ਦੀਵਾਨ ਸ਼ਬਦ ਕੋ ਗਾਵਹਿ, ਤੇ ਦੀਵਾਨ ਲੱਗਦਾ ਹੈ, ਸ਼ਬਦ ਕੀਰਤਨ ਹਰ ਰੋਜ਼ ਹੁੰਦਾ ਹੈ, ਕਥਾ ਹੁੰਦੀ ਹੈ, ਸ਼ਬਦ ਕੀਰਤਨ ਹੁੰਦਾ ਹੈ, ਸੰਗਤਾਂ ਸੁੱਖ ਮਾਣਦੀਆਂ ਮਹਾਰਾਜ ਦੀ ਹਾਜ਼ਰੀ 'ਚ। ਹਾਂਜੀ, ਪ੍ਰੇਮੀ ਸਿੰਘ ਹਜ਼ਾਰ ਹੋ ਆਵਹਿ, ਹਜ਼ਾਰਾਂ ਪ੍ਰੇਮੀ ਸਿੰਘ ਦਸਵੇਂ ਪਾਤਸ਼ਾਹ ਜੀ ਦੀ ਹਾਜ਼ਰੀ 'ਚ ਨਿੱਤ ਨਵੇਂ ਆਉਂਦੇ ਆ, ਗੱਜ ਕੇ ਆਖੋ। ਭਾਵੇਂ ਆਨੰਦਪੁਰ ਸਾਹਿਬ ਛੱਡ ਦਿੱਤਾ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਸਿੰਘ ਬੜੇ ਸ਼ਹੀਦ ਹੋ ਗਏ ਹੈ, ਪਰ ਗੁਰੂ ਸਾਹਿਬ ਨੇ ਜਿੱਥੇ ਬਹਿਣਾ ਉੱਥੇ ਰੌਣਕਾਂ ਲੱਗ ਜਾਣੀਆਂ ਜੀ। ਹਾਂਜੀ, ਗੁਰੂ ਸਾਹਿਬ ਨੇ ਕਮਾਈ ਵਾਲੇ ਪੁਰਸ਼ ਸਾਧ ਸੰਗਤ ਜੀ ਜਿੱਥੇ ਜਾਂਦੇ ਆ ਕੁਝ ਚੀਜ਼ਾਂ ਨਾਲ ਹੀ ਲੈ ਕੇ ਆਉਂਦੇ ਆ, ਅਤੇ ਜਿੱਥੋਂ ਜਾਂਦੇ ਆ ਫਿਰ ਨਾਲ ਹੀ ਲੈ ਜਾਂਦੇ ਆ, ਗੱਜ ਕੇ ਆਖੋ। ਰਿੱਧੀ ਸਿੱਧੀ ਕਮਾਈ ਵਾਲੇ ਪੁਰਸ਼ਾਂ ਦੇ ਲਾਗੇ ਹਰ ਵਕਤ ਆਪੇ ਹੀ ਵਰਤਦੀ, ਉਹ ਨਹੀਂ ਵਰਤਾਉਂਦੇ, ਆਪੇ ਵਰਤਦੀ ਹੈ। ਇੱਕ ਤਾਂ ਜਿੱਥੇ ਆਉਂਦੇ ਆ ਰਿੱਧੀ ਸਿੱਧੀ ਨਾਲ ਲੈ ਕੇ ਆਉਂਦੇ ਆ, ਅਤੇ ਜੇ ਚਲੇ ਜਾਣ ਤਾਂ ਨਾਲ ਹੀ ਲੈ ਜਾਂਦੇ ਆ। ਇੱਕ ਹੈ ਮਹਿਫਿਲ, ਸਾਧ ਸੰਗਤ ਜੀ ਇਹ ਮਹਿਫਿਲ ਕਿਹਨੂੰ ਕਹਿੰਦੇ ਆ, ਰੌਣਕਾਂ ਨੂੰ। ਕਮਾਈ ਵਾਲੇ ਪੁਰਸ਼ਾਂ ਦੇ ਨਾਲ ਨਾਲ ਆਪੇ ਹੀ ਇਹ ਚੀਜ਼ਾਂ ਤੁਰੀਆਂ ਜਾਂਦੀਆਂ, ਉਹ ਜਦੋਂ ਆਉਂਦੇ ਆ ਰੌਣਕਾਂ ਆਪੇ ਹੀ ਆ ਜਾਂਦੀਆਂ, ਅਤੇ ਜਦੋਂ ਜਾਂਦੇ ਆ ਅਤੇ ਰੌਣਕਾਂ ਫਿਰ ਆਪੇ ਹੀ ਨਾਲ ਤੁਰ ਜਾਂਦੀਆਂ,
ਕੱਢ ਕੇ ਆਖੋ ਮਹਾਰਾਜ ਸੱਚੇ ਪਾਤਸ਼ਾਹ ਆ ਕੇ ਦਮਦਮਾ ਸਾਹਿਬ ਬਹਿ ਗਏ, ਰੌਣਕਾਂ ਫਿਰ ਲੱਗ ਗਈਆਂ ਜੀ। ਹਜ਼ਾਰਾਂ ਸਿੱਖ ਹਰ ਰੋਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ 'ਚ ਨਵੇਂ ਆਉਂਦੇ ਆ ਜੀ। ਹਾਂਜੀ, ਸ੍ਰੀ ਪ੍ਰਭ ਚੜ ਅਖੇਰ ਕੋ ਚਾਲੇ, ਹਾਂਜੀ, ਸੰਗੀ ਸਿੰਘ ਅਰੂੜਤ ਜਾਲੇ। ਫਿਰ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਅਖੇਰ ਨੂੰ ਚੜ੍ਹਦੇ ਆ ਫੌਜਾਂ 'ਤੇ, ਵਾਹਿਗੁਰੂ ਸ਼ਿਕਾਰ ਨੂੰ ਚੜ੍ਹਦੇ ਆ, ਅਤੇ ਬੜੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦੇ ਨਾਲ ਜਾਂਦੇ ਆ। ਖੂਬ ਸਾਧ ਸੰਗਤ ਜੀ ਜੰਗਲ ਵਿੱਚ ਵਿਚਰ ਕੇ ਜੰਗਲੀ ਜੀਵਾਂ ਦਾ 84 ਲੱਖ ਜੂਨਾਂ ਤੋਂ ਮਹਾਰਾਜ ਉਹਨਾਂ ਦਾ ਛੁਟਕਾਰਾ ਕਰਵਾਉਂਦੇ ਆ। ਸੋ ਉਹਦੇ ਤੋਂ ਅੱਗੇ ਹੁਣ ਜਿਹੜੀ ਕਥਾ ਇਹਦੇ ਤੋਂ ਅੱਗੇ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਇਸ ਤਰੀਕੇ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਹਜ਼ੂਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਪਹੁੰਚੇ ਆ, ਅਤੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਸੰਗਤਾਂ ਦਾ ਬਹੁਤਾ ਭਲਾ ਕਰਦੇ ਆ, ਡੱਲੇ ਦੀ ਭਾਵਨਾ ਪੂਰੀ ਕੀਤੀ ਹੈ। ਇਹ ਅੱਗੋਂ ਹੁਣ ਕਥਾ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ, ਅਤੇ 5 ਵਾਰ ਗੁਰਮੰਤਰ ਕਹਿ ਕੇ ਖਿਮਾ ਮੰਗੀਏ। ਵਾਹਿਗੁਰੂ 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 ਤੋਂ ਅੱਗੇ ਲੜੀਵਾਰ ਕਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹ ਕੱਲ੍ਹ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।